ਸਤ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹ ਵੀਡੀਓ ਨੰਬਰ 9 ਹੈ ਜਿੱਥੇ ਆਪਾਂ ਸੀਟੈਟ ਪੰਜਾਬੀ ਪੈਡਾਗੋਜੀ ਦੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੂੰ ਡਿਸਕਸ ਕਰਾਂਗੇ ਜਿਹੜੇ ਕਿ ਤੁਹਾਡੇ ਪ੍ਰੀਵੀਅਸ ਇਅਰ ਦੇ ਵਿੱਚੋਂ ਜੀ ਲੈ ਗਏ ਨੇ ਸੋ ਦੋਸਤੋ ਇਹ ਜਿਹੜੀ ਆਪਣੀ ਵੀਡੀਓ ਹੈ ਇਹ ਮੈਂ ਤੁਹਾਨੂੰ ਦੱਸ ਦਵਾਂ ਵੀ ਇਹ ਜਿਹੜਾ ਪੇਪਰ ਹੋਇਆ ਸੀਗਾ ਸੀਟੈਟ ਦਾ ਪੰਜਾਬੀ ਪੈਡਾਗੋਜੀ ਦੇ ਵਿੱਚ ਇਹ ਜਿਹੜੇ ਕੁਐਸਚਨ ਸੀਗੇ ਉਹ ਆਏ ਸੀਗੇ ਤੇ ਪੇਪਰ ਜਿਹੜਾ ਹੈ 2019 ਦੇ ਵਿੱਚ ਦਸੰਬਰ ਦੇ ਵਿੱਚ ਹੋਇਆ ਸੀ ਸੋ ਦੋਸਤੋ ਇਹ ਆਪਣੀ ਜਿਹੜ ਕੁਝ 15 ਕਾ ਕੁਐਸਚਨ ਨੂੰ ਡਿਸਕਸ ਕਰਾਂਗੇ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਬੈਲ ਆਈਕਨ ਵੀ ਪ੍ਰੈਸ ਕਰ ਸਕਦੇ ਹੋ ਤੇ ਦੋਸਤੋ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਇਹਨੂੰ ਲਾਈਕ ਵੀ ਕਰ ਸਕਦੇ ਹੋ ਤੇ ਦੋਸਤੋ ਲਾਸਟ ਤੁਸੀਂ ਤੁਹਾਡੇ ਇੱਥੇ ਕਿੰਨੇ ਨੰਬਰ ਬਣੇ ਨੇ 15 ਦੇ ਵਿੱਚੋਂ ਤੁਸੀਂ ਉਹ ਵੀ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਕਿ ਤੁਹਾਡੇ ਇੱਥੇ ਕਿੰਨੇ ਨੰਬਰ ਬਣੇ ਨੇ 15 ਦੇ ਵਿੱਚੋਂ ਸੋ ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਕੁਐਸਚਨ ਤੋਂ ਵੀ ਪੜਨ ਕੌ ਨਹੀਂ ਹੈ ਵੀ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਵੇ ਇਹਨਾਂ ਦੇ ਵਿੱਚੋਂ ਤੁਸੀਂ ਆਪਸ਼ਨਾਂ ਪੜ੍ਹਣੀਆਂ ਨੇ ਤੇ ਦੱਸਣਾ ਹੈ ਕਿ ਜਿਹੜੀ ਪੜ੍ਹਨ ਵਾਲੀ ਸਕਿੱਲ ਹੈ ਵੀ ਇਹਨਾਂ ਦੇ ਵਿੱਚੋਂ ਕਿਹੜੀ ਨਹੀਂ ਹੈ ਵੀ ਵੇਖੋ ਸਾਡੇ ਨਾਲ ਪਹਿਲੀ ਆਪਸ਼ਨ ਹੈ ਵੀ ਸਿਰਜਣਾਤਮਕ ਆਪਸ਼ਨ ਨੰਬਰ 2 ਹੈ ਜੀ ਕਾਲਪਨਿਕ ਆਪਸ਼ਨ ਨੰਬਰ 3 ਹੈ ਜੀ ਪ੍ਰਗਤੀਸ਼ੀਲ ਤੇ ਆਪਸ਼ਨ ਨੰਬਰ 4 ਹੈ ਜੀ ਸੁਵਚਾਰਿਤ ਸੋ ਦੋਸਤੋ ਧਿਆਨ ਨਾਲ ਵੇਖੋ ਵੀ ਸਿਰਜਣਾਤਮਕ ਹੁੰਦਾ ਕੀ ਹੈ ਵੈਸੇ ਇਹ ਕ੍ਰੀਏਟੀਵਿਟੀ ਹੁੰਦੀ ਹੈ ਸੋ ਇਹ ਵੀ ਕੀ ਹੈ ਜੀ ਇਹ ਪੜਨ ਕੌਸ਼ਲ ਹੈ ਜੇ ਆਪਾਂ ਗੱਲ ਕਰੀਏ ਕਾਲਪਨਿਕ ਦੀ ਜਦੋਂ ਵੀ ਤੁਸੀਂ ਕੋਈ ਸਟੋਰੀ ਬੁੱਕ ਪੜ੍ਹਦੇ ਹੋ ਤੇ ਉੱਥੇ ਤੁਸੀਂ ਕੀ ਕਰਦੇ ਹੋ ਇਮੇਜਿਨੇਸ਼ਨ ਹੀ ਕਰਦੇ ਹੁੰਦੇ ਵੀ ਉਹ ਕਲਪ ਕਲਪਨਾਵਾ ਹੀ ਤਾਂ ਹੁੰਦੀਆਂ ਉਹ ਵੀ ਸੋ ਇਹ ਵੀ ਗੱਲ ਸਹੀ ਹੈ ਪ੍ਰਗਤੀਸ਼ੀਲ ਕੀ ਹੁੰਦਾ ਜੀ ਵੀ ਜਿਹਦੇ ਜਿਹੜਾ ਵੀ ਉਨਤੀ ਕਰ ਰਿਹਾ ਹੋਵੇ ਵੀ ਤੇਜ਼ੀ ਤੇਜ਼ੀ ਨਾਲ ਪੜਿਆ ਜਾ ਸਕੇ ਮਤਲਬ ਇਹ ਕਿ ਇਹ ਵੀ ਇੱਕ ਪੜਨ ਕੌਸ਼ਲ ਹੀ ਹੈ ਜੇ ਆਪਾਂ ਗੱਲ ਕਰੀਏ ਸੂ ਵਿਚਾਰੇ ਤੇ ਵੀ ਜਿਹਦੇ ਤੇ ਆਪਾਂ ਵਿਚਾਰ ਵਗੈਰਾ ਕਰਦੇ ਹੁੰਨੇ ਆ ਸੋ ਇਹ ਜਿਹੜਾ ਆਪਾਂ ਵਿਚਾਰ ਵਗੈਰਾ ਜਦੋਂ ਕਰਦੇ ਹੁੰਨੇ ਆ ਵੀ ਇਹ ਪੜਨ ਕੌਸ਼ਲ ਨਹੀਂ ਆਏਗਾ ਵੀ ਜਦੋਂ ਵੀ ਤੁਸੀਂ ਕਿਸੇ ਗੱਲ ਤੇ ਵਿਚਾਰ ਵਗੈਰਾ ਕਰਦੇ ਹੋ ਸੋ ਇਹ ਜਿਹੜਾ ਆਪਸ਼ਨ ਹੈ ਵੀ ਇਹ ਸਹੀ ਜਵਾਬ ਹੈ ਸੋ ਚਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਵੀ ਇਹ ਕੁਐਸਚਨ ਨੰਬਰ 2 ਇਹਨਾਂ ਵਿੱਚੋਂ ਕਿਹੜਾ ਵਿਸਤ੍ਰਿਤ ਪਾਠ ਨਾਲ ਸੰਬੰਧਿਤ ਨਹੀਂ ਹੈ ਵੀ ਤੁਸੀ ਇਹ ਦੱਸਣਾ ਹੈ ਵੀ ਵਿਸਤ੍ਰਿਤ ਪਾਠ ਦੇ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਵਿਸਤ੍ਰਿਤ ਪਾਠ ਕੀ ਹੁੰਦਾ ਜੀ ਜੇ ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਤੇ ਇਹ ਹੁੰਦਾ ਸ਼ਾਇਦ ਐਕਸਟੈਂਸਿਵ ਰੀਡਿੰਗ ਹੁੰਦਾ ਵੀ ਐਕਸਟੈਂਸਿਵ ਰੀਡਿੰਗ ਨੂੰ ਪੁੱਛਿਆ ਜਾ ਰਿਹਾ ਵੀ ਇਹਨਾਂ ਦੇ ਵਿੱਚ ਤੁਸੀਂ ਆਪਸ਼ਨਾਂ ਨੂੰ ਪੜੋ ਤੇ ਦੱਸੋ ਵੀ ਕਿਹੜਾ ਇੱਥੇ ਜਵਾਬ ਸਹੀ ਹੋ ਸਕਦਾ ਹੈ ਸੋ ਇੱਥੇ ਇਹਨਾਂ ਨੇ ਗੱਲ ਕੀ ਕੀਤੀ ਹੈ ਜੀ ਨਹੀਂ ਹੈ ਨਹੀਂ ਹੈ ਦਾ ਮਤਲਬ ਕੀ ਹੈ ਜੀ ਮਤਲਬ ਇੱਥੇ ਇਹ ਕਿ ਤਿੰਨ ਆਪਸ਼ਨਾਂ ਕੀ ਹੋਣਗੀਆਂ ਵੀ ਵਿਸਤ੍ਰਿਤ ਪਾਠ ਨਾਲ ਸੰਬੰਧਿਤ ਹੋਣਗੀਆਂ ਤੇ ਬਾਕੀ ਦੀ ਇੱਕ ਜਿਹੜੀ ਆਪਸ਼ਨ ਹੋਏਗੀ ਉਹ ਕਿਹੜੀ ਹੋਏਗੀ ਵੀ ਇੰਟੈਂਸਿਵ ਰੀਡਿੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਉਹਦੇ ਨਾਲ ਸੰਬੰਧਿਤ ਹੋਏਗੀ ਬਟ ਇੱਥੇ ਐਕਸਟੈਂਸਿਵ ਰੀਡਿੰਗ ਦੀ ਪੁੱਛੀ ਗੱਲ ਪੁੱਛੀ ਜਾ ਰਹੀ ਹੈ ਸੋ ਫਰਸਟ ਆਪਸ਼ਨ ਨੂੰ ਪੜਦੇ ਆ ਵੀ ਇਸ ਨਾਲ ਪੜਨ ਦਾ ਮਹਾ ਆਨੰਦ ਆਉਂਦਾ ਹੈ ਵੀ ਜਦੋਂ ਵੀ ਤੁਸੀਂ ਕਿਸੇ ਪਾਠ ਦੀ ਜਦੋਂ ਵਿਸਤ੍ਰਿਤ ਉਹਦੀ ਰੀਡਿੰਗ ਕਰਦੇ ਹੋ ਐਕਸਟੈਂਸਿਵ ਰੀਡਿੰਗ ਕਰਦੇ ਹੋ ਤਾਂ ਕਿ ਤੁਹਾਨੂੰ ਆਨੰ ਇਹ ਡੋਂਗੀ ਸਮਝ ਲਈ ਹਰ ਨਿੱਕੇ ਨੰਨੇ ਵੇਰਵੇ ਦੀ ਪੜਤ ਵਿੱਚ ਮਦਦ ਕਰਦੀ ਹੈ ਜਾਂ ਇਹ ਹੋ ਸਕਦਾ ਹੈ ਜਾਂ ਫਿਰ ਆਪਸ਼ਨ ਨੰਬਰ 3 ਇਹ ਭਾਸ਼ਾ ਦੀ ਸਿੱਖਲਾਈ ਨੂੰ ਵਧਾਉਂਦੀ ਹੈ ਵੀ ਕੀ ਇਹ ਭਾਸ਼ਾ ਦੀ ਜਿਹੜੀ ਸਿੱਖਲਾਈ ਹੈ ਵੀ ਉਹਨੂੰ ਵਧਾਉਂਦੀ ਹੈ ਜਾਂ ਤਾਂ ਫਿਰ ਇਹ ਆਪਸ਼ਨ ਨੰਬਰ 4 ਹੈ ਇਹ ਪੜਤ ਪਾਠ ਦੀ ਸਮੁੱਚੀ ਸਮਝ ਲਈ ਵੀ ਜਿਹੜਾ ਵੀ ਤੁਸੀਂ ਪਾਠ ਪੜ੍ਹਿਆ ਹੈ ਵੀ ਉਹਦੀ ਸਮਝ ਲਈ ਅੰਡਰਸਟੈਂਡਿੰਗ ਲਈ ਇਹ ਹੁੰਦੀ ਹੈ ਵੀ ਸਮਝ ਲਈ ਹੈ ਇਹ ਸੋ ਇੱਥੇ ਤੁਸੀਂ ਦੱਸੋ ਵੀ ਕਿਹੜਾ ਆਪਸ਼ਨ ਸਹੀ ਹੋ ਸਕਦਾ ਹੈ ਸੋ ਦੋਸਤੋ ਜੇ ਆਪਾਂ ਵਿਸਤ੍ਰਿਤ ਪਾਠ ਦੀ ਗੱਲ ਕੀਤੀ ਜਾਵੇ ਜਿਹੜਾ ਵਿਸਤ੍ਰਿਤ ਪਾਠ ਹੁੰਦਾ ਨਾ ਐਕਸਟੈਂਸਿਵ ਜਿਹੜੀ ਰੀਡਿੰਗ ਕੀਤੀ ਜਾਂਦੀ ਹੈ ਵੀ ਇਹ ਮਹਾ ਆਨੰਦ ਲਈ ਕੀਤੀ ਜਾਂਦੀ ਹੁੰਦੀ ਹੈ ਸੋ ਦੋਸਤੋ ਆਪਸ਼ਨ ਨੰਬਰ 1 ਕੀ ਹੈ ਜੀ ਇਹ ਤਾਂ ਵਿਸਤ੍ਰਿਤ ਪਾਠ ਨਾਲ ਸੰਬੰਧਿਤ ਹੈ ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ 3 ਵੀ ਵੀ ਇਹਦੇ ਨਾਲ ਕੀ ਹੁੰਦਾ ਵੀ ਇਹ ਭਾਸ਼ਾ ਦੀ ਸਿਖਲਾਈ ਲਈ ਸਿਖਲਾਈ ਨੂੰ ਵਧਾਉਂਦੀ ਹੈ ਸੋ ਇਹ ਆਪਸ਼ਨ ਵੀ ਇਹਦੇ ਅਕੋਰਡਿੰਗ ਵੀ ਵਿਸਤ੍ਰਿਤ ਪਾਠ ਦੇ ਵਿੱਚ ਹੀ ਆਉਂਦਾ ਹੈ ਤੇ ਬਾਕੀ ਜੇ ਆਪਸ਼ਨ ਨੰਬਰ 3 ਦੀ ਗੱਲ ਕਰੀਏ ਇਹ ਪੜਤ ਪਾਠ ਦੀ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਸੋ ਆਪਸ਼ਨ ਨੰਬਰ ਰਹਿ ਗਿਆ ਜੀ ਆਪਸ਼ਨ ਨੰਬਰ 2 ਰਹਿ ਗਿਆ ਸੋ ਇੱਥੇ ਕੀ ਲਿਖਿਆ ਹੋਇਆ ਹੈ ਜੀ ਵੀ ਇਹ ਡੂੰਗੀ ਸਮਝ ਲਈ ਹਰ ਨਿੱਕੇ ਨੰਨੇ ਵੇਰੇਵੇ ਦੀ ਪੜਤ ਵਿੱਚ ਮਦਦ ਕਰਦੀ ਹੈ ਸੋ ਇਹ ਕੀ ਹੈ ਜੀ ਇਹ ਨਹੀਂ ਕਰਦੀ ਠੀਕ ਹੈ ਦੋਸਤੋ ਇਹ ਇਹ ਜਿਹੜਾ ਆਪਸ਼ਨ ਹੈ ਵੀ ਇਹ ਨਹੀਂ ਹੈ ਸੋ ਆਪਸ਼ਨ ਨੰਬਰ ਜਿਹੜਾ 2 ਹੈ ਵੀ ਇਹ ਕਹਦੇ ਲਈ ਵਰਤਿਆ ਜਾਂਦਾ ਜੀ ਇਹ ਜਦੋਂ ਵੀ ਆਪਾਂ ਇੰਟੈਂਸਿਵ ਜਿਹੜੀ ਰੀਡਿੰਗ ਕੀਤੀ ਜਾਂਦੀ ਹੈ ਜੀ ਉਹ ਇਹਦੇ ਲਈ ਯੂਜ਼ ਕੀਤਾ ਜਾਂਦਾ ਬਟ ਇੱਥੇ ਐਕਸਟੈਂਸਿਵ ਕਹਿਣ ਦਾ ਭਾਵ ਵੀ ਵਿਸਤ੍ਰਿਤ ਪਾੜ ਦੀ ਗੱਲ ਕੀਤੀ ਜਾ ਰਹੀ ਹੈ ਐਕਸਟੈਂਸਿਵ ਰੀਡਿੰਗ ਦੀ ਗੱਲ ਕੀਤੀ ਜਾ ਰਹੀ ਹੈ ਸੋ ਦੋਸਤੋ ਇਹ ਨਹੀਂ ਹੈ ਸੋ ਆਪਸ਼ਨ ਨੰਬਰ ਜਿਹੜਾ 2 ਹੈ ਵੀ ਇਹ ਤੁਹਾਡਾ ਸਹੀ ਜਵਾਬ ਹੈ ਸੋ ਚਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ 'ਚ ਕੁਐਸਚਨ ਤੇ ਵੀ ਦੇਖਦੇ ਹਾਂ ਵੀ ਲਿਖਤ ਦੀ ਪਹੁੰਚ ਪ੍ਰਕਿਰਿਆ ਪ੍ਰੋਸੈਸ ਅਪਰੋਚ ਦਾ ਕੇਂਦਰ ਹੈ ਵੀ ਲਿਖਤ ਦੀ ਪਹੁੰਚ ਪ੍ਰਕਿਰਿਆ ਵੀ ਤੁਸੀਂ ਇਹ ਕਹਿੰਨਾ ਜਰੂਰ ਵੇਖਿਆ ਹੋਊਗਾ ਵੀ ਇੱਕ ਪ੍ਰੋਡਕਟ ਅਪਰੋਚ ਹੁੰਦੀ ਆ ਤੇ ਇੱਕ ਪ੍ਰੋਸੈਸ ਅਪਰੋਚ ਹੁੰਦੀ ਆ ਸੋ ਇਹਦੇ ਵਿੱਚ ਤੁਸੀਂ ਦੱਸਣਾ ਹੈ ਵੀ ਇਹਦਾ ਕੇਂਦਰ ਕੀ ਹੈ ਵੀ ਲਿਖਤ ਦੀ ਪਹੁੰਚ ਪ੍ਰਕਿਰਿਆ ਪ੍ਰੋਸੈਸ ਅਪਰੋਚ ਦਾ ਕੇਂਦਰ ਹੈ ਵੀ ਇਹਦਾ ਕੀ ਸੈਂਟਰ ਹੈ ਜੀ ਸਿਰਫ ਪ੍ਰਕਿਰਿਆ ਸਿਰਫ ਵਸਤੂ ਜਾਂ ਫਿਰ ਪ੍ਰਕਿਰਿਆ ਅਤੇ ਵਸਤੂ ਦੋਵੇਂ ਜਾਂ ਫਿਰ ਸੁਲੇਖ ਦੀ ਵਰਤੋ ਸੋ ਦੋਸਤੋ ਇੱਥੇ ਤੁਸੀਂ ਦੱਸੋ ਵੀ ਕਿਹੜੀ ਆਪਸ਼ਨ ਹੈ ਵੀ ਉਹ ਸਹੀ ਹੋ ਸਕਦੀ ਹੈ ਸੋ ਦੋਸਤੋ ਇੱਥੇ ਗੱਲ ਕਿਹਦੀ ਕੀਤੀ ਜਾ ਰਹੀ ਹੈ ਪ੍ਰੋਸੈਸ ਅਪਰੋਚ ਦੀ ਗੱਲ ਕੀਤੀ ਜਾ ਰਹੀ ਹੈ ਵੀ ਇਹਦਾ ਕੇਂਦਰ ਕੀ ਹੋ ਸਕਦਾ ਹੈ ਸੋ ਦੋਸਤੋ ਜਦੋਂ ਵੀ ਤੁਸੀਂ ਲਿਖਤ ਦੀ ਗੱਥੇ ਗੱਲ ਕੀਤੀ ਜਾ ਰਹੀ ਹੈ ਲਿਖਤ ਦੀ ਪਹੁੰਚ ਪ੍ਰਕਿਰਿਆ ਇੱਥੇ ਮੈਂ ਤੁਹਾਨੂੰ ਇਹਦਾ ਸਿੱਧਾ ਸਹੀ ਜਵਾਬ ਹੀ ਦੱਸੂਗਾ ਆਪਸ਼ਨ ਨੰਬਰ 3 ਤੁਹਾਡਾ ਹੈ ਜੀ ਇਹ ਸਹੀ ਜਵਾਬ ਹੈ ਵੈਸੇ ਪ੍ਰਕਿਰਿਆ ਅਤੇ ਵਸਤੂ ਹੁੰਦਾ ਕੀ ਹੈ ਜੀ ਜਿਵੇਂ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋ ਜਿਵੇਂ ਜਦੋਂ ਵੀ ਤੁਸੀਂ ਲਿਖਣਾ ਹੁੰਦਾ ਵੀ ਤੁਹਾਡੇ ਫਿਰ ਤੁਸੀਂ ਉਹਨਾਂ ਨਾਲ ਦੇ ਨਾਲ ਲਿਖਦੇ ਵੀ ਜਾਂਦੇ ਹੋ ਸੋ ਉਹ ਕੀ ਹੈ ਜੀ ਪ੍ਰਕਿਰਿਆ ਤੇ ਵਸਤੂ ਦੋਵੇਂ ਹੀ ਇਹਦਾ ਜਿਹੜਾ ਕੇਂਦਰ ਹੁੰਦੇ ਨੇ ਪ੍ਰਕਿਰਿਆ ਅਤੇ ਵਸਤੂ ਦੋਵੇਂ ਹੀ ਹੁੰਦੇ ਨੇ ਜਿਵੇਂ ਆਪਾਂ ਗੱਲ ਕਰ ਲੈਨੇ ਆ ਕਿ ਜਿਵੇਂ ਆਪਣੇ ਦਿਮਾਗ ਦੇ ਵਿੱਚ ਥਾਟ ਹੈਗੇ ਨੇ ਜਾਂ ਫਿਰ ਕੋਈ ਮਨੁੱਖ ਹੈ ਉਹ ਪ੍ਰੋਸੈਸ ਹੈ ਜਾਂ ਫਿਰ ਕਹਿ ਸਕਦੇ ਆ ਪ੍ਰੋਡਕਟ ਹੈ ਵੀ ਆਪਾਂ ਕਹਿ ਦਾਂਗੇ ਕਿ ਹਾਂ ਵੀ ਪ੍ਰੋਸੈਸ ਵੀ ਹੈ ਪ੍ਰੋਡਕਟ ਵੀ ਹੈ ਕਿਉਂਕਿ ਉਹ ਸਾਰੀ ਜ਼ਿੰਦਗੀ ਹੀ ਪਰਸਨ ਕੁਝ ਨਾ ਕੁਝ ਸਿੱਖ ਰਿਆ ਹੁੰਦਾ ਤੇ ਜੇ ਆਪਾਂ ਹਾਂ ਵੀ ਉਹ ਕਹਿ ਦਿੰਦੇ ਕਿ ਹਾਂ ਵੀ ਇਹ ਪ੍ਰੋਡਕਟ ਵੀ ਹੈ ਤੇ ਕਹਿ ਸਕਦੇ ਆ ਪ੍ਰੋਸੈਸ ਵੀ ਹੈ ਸੋ ਇਹਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਵੀ ਲਿਖਤ ਦੀ ਪਹੁੰਚ ਪ੍ਰਕਿਰ ਅਪਰੋਚ ਦਾ ਕੇਂਦਰ ਹੈ ਸੋ ਪ੍ਰਕਿਰਿਆ ਤੇ ਵਸਤੂ ਦੋਵੇਂ ਹੀ ਇੱਥੇ ਜਿਹੜੇ ਜਵਾਬ ਨੇ ਆਉਣਗੇ ਸੋ ਚਲਦੇ ਆਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਵੀ ਇੱਥੇ ਕੀ ਗੱਲ ਕੀਤੀ ਜਾ ਰਹੀ ਆ ਭਾਸ਼ਾ ਦੇ ਪਾਠਕ੍ਰਮ ਵਿੱਚ ਸਾਹਿਤ ਨੂੰ ਸ਼ਾਮਿਲ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਪੱਖ ਸਭ ਤੋਂ ਘੱਟ ਮਹੱਤਵਪੂਰਨ ਹੈ ਵੀ ਜਿਹੜਾ ਵੀ ਤੁਹਾਡਾ ਪਾਠਕ੍ਰਮ ਹੁੰਦਾ ਨਾ ਜਿਵੇਂ ਲੈਂਗੁਏਜ ਦੀਆਂ ਪਾਠ ਪੁਸਤਕਾਂ ਦੇ ਵਿੱਚ ਬੁੱਕਸ ਦੇ ਵਿੱਚ ਜਿਹੜੇ ਵੀ ਲਿਟਰੇਚਰ ਦਾ ਕੋਈ ਵੀ ਚੈਪਟਰ ਵਗੈਰਾ ਸ਼ਾਮਿਲ ਕੀਤਾ ਜਾਂਦਾ ਸੋ ਇਹਦੇ ਲਈ ਕਿਹੜਾ ਸਰ ਨਾਲੋਂ ਘੱਟ ਮਹੱਤਵਪੂਰਨ ਹੈ ਵੀ ਇਹਨਾਂ ਦੇ ਵਿੱਚੋਂ ਤੁਸੀਂ ਆਪਸ਼ਨਾਂ ਨੂੰ ਪੜੋ ਧਿਆਨ ਨਾਲ ਅਤੇ ਦੱਸੋ ਵੀ ਇਹਨਾਂ ਦੇ ਵਿੱਚੋਂ ਸਭ ਨਾਲੋਂ ਘੱਟ ਮਹੱਤਵਪੂਰਨ ਕਿਹੜਾ ਹੋ ਸਕਦਾ ਹੈ ਇਹ ਸਿਰਫ ਸੁਣਨ ਅਤੇ ਬੋਲਣ ਕਲਾ ਨੂੰ ਵਿਕਸਿਤ ਕਰਦਾ ਹੈ ਕੀ ਇਹ ਹੋ ਸਕਦਾ ਹੈ ਜਾਂ ਤਾਂ ਫਿਰ ਆਪਸ਼ਨ ਨੰਬਰ 2 ਇਹ ਇੱਕ ਪ੍ਰਮਾਣਿਕ ਸਮੱਗਰੀ ਹੈ ਜਾਂ ਫਿਰ ਆਪਸ਼ਨ ਨੰਬਰ 3 ਇਹ ਵਿਦਿਆਰਥੀਆਂ ਲਈ ਦੂਸਰੇ ਸੱਭਿਆਚਾਰ ਨੂੰ ਸਮਝਣ ਵਿੱਚ ਸਹਾਇਤਾ ਹੁੰਦਾ ਹੈ ਜਾਂ ਤਾਂ ਫਿਰ ਕੀ ਹੋ ਸਕਦਾ ਹੈ ਜੀ ਇਹ ਵਿਦਿਆਰਥੀਆਂ ਨੂੰ ਉਹਨਾਂ ਦਾ ਵਿਅਕਤੀਗਤ ਪ੍ਰਤੀਕਰਮ ਪ੍ਰतिकर्म ਦੇਣ ਲਈ ਉਤਸ਼ਾਹਿਤ ਕਰਦਾ ਹੈ ਸੋ ਦੋਸਤੋ ਤੁਸੀਂ ਵੇਖੋ ਵੀ ਇੱਥੇ ਸਾਰਿਆਂ ਨੂੰ ਘੱਟ ਮਹੱਤਵਪੂਰਣ ਦੀ ਗੱਲ ਕੀਤੀ ਜਾ ਰਹੀ ਹੈ ਵੀ ਪੰਜਾਬੀ ਦੇ ਵਿੱਚ ਜਾਂ ਫਿਰ ਕੋਈ ਵੀ ਭਾਸ਼ਾ ਦੀ ਕਲਾਸ ਚੱਲ ਰਹੀ ਹੈ ਵੀ ਉਹਦੇ ਵਿੱਚ ਪਾਠਕ੍ਰਮ ਦੇ ਵਿੱਚ ਬੁੱਕਸ ਦੇ ਵਿੱਚ ਲਿਟਰੇਚਰ ਨੂੰ ਐਡ ਕੀਤਾ ਗਿਆ ਸੋ ਇਹਦੇ ਲਈ ਸਾਰਿਆਂ ਨੂੰ ਘੱਟ ਇੰਪੋਰਟੈਂਟ ਗੱਲ ਕਿਹੜੀ ਹੋ ਸਕਦੀ ਹੈ ਸੋ ਵੇਖੋ ਵੀ ਇੱਕ ਪ੍ਰਮਾਣਿਕ ਸਮੱਗਰੀ ਹੈ ਵੀ ਕੀ ਇਹ ਹੋ ਸਕਦਾ ਵੈਸੇ ਜੇ ਦੇਖੋ ਦੋਸਤੋ ਵੀ ਇਹ ਪੋਜ਼ਿਟਿਵ ਵੇਚ ਗੱਲ ਕੀਤੀ ਜਾ ਰਹੀ ਹੈ ਨਾ ਵੀ ਇੱਕ ਪੋਜ਼ਿਟਿਵ ਵੇ ਸਾਨੂੰ ਲੱਗਦਾ ਕਿ ਹਾਂ ਵੀ ਆਪਸ਼ਨ ਨਹੀਂ ਹੋ ਸਕਦਾ ਬਟ ਜੇ ਆਪਾਂ ਆਪਸ਼ਨ ਨੰਬਰ 3 ਨੂੰ ਵੇਖੀਏ ਵੀ ਇੱਥੇ ਕੀ ਗੱ ਦੂਸਰੇ ਸੱਭਿਆਚਾਰ ਨੂੰ ਸਮਝਣ ਵਿੱਚ ਸਹਾਇਤਾ ਹੁੰਦਾ ਹੈ ਸੋ ਇਹ ਵੀ ਵਧੀਆ ਗੱਲ ਹੈ ਨਾ ਜੇ ਪਾਠ ਪੁਸਤਕ ਦੇ ਵਿੱਚ ਇਹ ਗੱਲ ਐਡ ਕੀਤੀ ਗਈ ਹੈ ਵੀ ਇਹ ਲਿਟਰੇਚਰ ਦੇ ਵਿੱਚ ਜੇ ਆਪਾਂ ਕਹਿ ਸਕਦੇ ਹਾਂ ਵੀ ਲਿਟਰੇਚਰ ਨੂੰ ਐਡ ਕੀਤਾ ਜਾ ਰਿਹਾ ਲੈਂਗੁਏਜ ਦੇ ਵਿੱਚ ਸੋ ਇਹਦੇ ਨਾਲ ਸੱਭਿਆਚਾਰ ਨੂੰ ਸਮਝਣ ਵਿੱਚ ਸਹਾਇਤਾ ਹੁੰਦਾ ਹੈ ਤਾਂ ਵੀ ਇਹ ਤਾਂ ਵਧੀਆ ਗੱਲ ਹੈ ਨਾ ਸੋ ਇਹ ਆਪਸ਼ਨ ਤਾਂ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਨੇ ਕੀ ਪੁੱਛਿਆ ਜੀ ਇੱਥੇ ਘੱਟ ਸਹਾਇਤਾ ਵੀ ਘੱਟ ਮਹੱਤਵਪੂਰਨ ਵਾਲੀ ਗੱਲ ਕੀਤੀ ਜਾ ਰਹੀ ਹੈ ਸੋ ਆਪਸ਼ਨ ਨੰਬਰ ਜੇ ਡੀ ਤੇ ਜਾਈਏ ਵੀ ਵਿਦਿਆਰਥੀਆਂ ਨੂੰ ਉਹਨਾਂ ਦੀ ਵਿਅਕਤੀਗਤ ਪ੍ਰਤੀਕਰਮ ਦੇਣ ਲਈ ਉਤਸ਼ਾਹਿਤ ਕਰਦਾ ਹੈ ਵੀ ਇੱਥੇ ਵੀ ਕੁਝ ਮੋਟੀਵੇਟ ਜੇ ਕਰਨ ਵਾਲੀ ਗੱਲ ਕੀਤੀ ਜਾ ਰਹੀ ਹੈ ਸੋ ਦੋਸਤੋ ਜੇ ਆਪਾਂ ਫਰਸਟ ਆਪਸ਼ਨ ਨੂੰ ਵੇਖੀਏ ਵੀ ਇਹ ਸਿਰਫ ਵੀ ਇੱਥੇ ਕੀ ਲਿਖਿਆ ਜੀ ਇਹ ਸਿਰਫ ਸੁਣਨ ਅਤੇ ਬੋਲਣ ਕਲਾ ਨੂੰ ਵਿਕਸਿਤ ਕਰਦਾ ਹੈ ਸੋ ਤੁਹਾਨੂੰ ਲੱਗਦਾ ਵੀ ਜੜੀਆਂ ਵੀ ਤੁਹਾਨੂੰ ਪੰਜਾਬੀ ਇੰਗਲਿਸ਼ ਹਿੰਦੀ ਦੀਆਂ ਕਲਾਸਾਂ ਜਿਹੜੀਆਂ ਚਲਾਈਆਂ ਜਾਂਦੀਆਂ ਤੁਹਾਡੇ ਸਕੂਲ ਦੇ ਵਿੱਚ ਵੀ ਉਹਦੇ ਵਿੱਚ ਜਿਹੜਾ ਵੀ ਲਿਟਰੇਚਰ ਹੈ ਵੀ ਉਹ ਐਡ ਕੀਤਾ ਜਾਂਦਾ ਸੋ ਇਹਦਾ ਕੀ ਅਲਟੀਮੇਟ ਏਮ ਇਹੀ ਹੈ ਵੀ ਤੁਹਾਨੂੰ ਸਿਰਫ ਬੋਲਣ ਜਾਂ ਫਿਰ ਸੁਣਨ ਲਈ ਹੀ ਤੁਹਾਡਾ ਜਿਹੜਾ ਵਿਕਸਤ ਹੈ ਉਹ ਕੀਤਾ ਜਾਵੇ ਵੀ ਈਵਨ ਜਦੋਂ ਵੀ ਆਪਾਂ ਭਾਸ਼ਾ ਦੀ ਜਦੋਂ ਗੱਲ ਕਰਦੇ ਹਾਂ ਵੀ ਉੱਥੇ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਐਲ ਐਸ ਆਰ ਡਬਲ ਆਪਾਂ ਅਕਸਰ ਗੱਲ ਕਰਦੇ ਹਾਂ ਵੀ ਲਿਸਨਿੰਗ ਸਪੀਕਿੰਗ ਰੀਡਿੰਗ ਤੇ ਰਾਈਟਿੰਗ ਇਹਨਾਂ ਚਾਰਾਂ ਦੀ ਗੱਲ ਕਰਦੇ ਹਾਂ ਤੇ ਇੱਥੇ ਵੀ ਤਾਂਹੀ ਗੱਲ ਲਿਖੀ ਹੈ ਨਾ ਵੀ ਇੱਥੇ ਸਿਰਫ ਤੇ ਸਿਰਫ ਸੁਣਨ ਅਤੇ ਬੋਲਣ ਕਲਾ ਨੂੰ ਵਿਕਸਤ ਕਰਦਾ ਸੋ ਆਪਸ਼ਨ ਨੰਬਰ ਜਿਹੜਾ ਫਸਟ ਹੋ ਜਾਏਗਾ ਜੀ ਇਹ ਤੁਹਾਡਾ ਗਲਤ ਹੈ ਤੇ ਬਾਕੀ ਦੇ ਜਿਹੜੇ ਤਿੰਨ ਆਪਸ਼ਨ ਨੇ ਠੀਕ ਹੈ ਦੋਸਤੋ ਵੀ ਬਾਕੀ ਦੇ ਜਿਹੜੇ ਤਿੰਨ ਆਪਸ਼ਨ ਨੇ ਕਿ ਇਹ ਕਿਹਨੇ ਜੀ ਮਹੱਤਵਪੂਰਨ ਨੇ ਸੋ ਇੱਥੇ ਕੀ ਲਿਖਿਆ ਸੀ ਘੱਟ ਮਹੱਤਵਪੂਰਨ ਹੈ ਸੋ ਘੱਟ ਮਹੱਤਵਪੂਰਨ ਦੇ ਅਕੋਰਡਿੰਗ ਵੀ ਪਹਿਲਾ ਹੀ ਆਪਸ਼ਨ ਜਿਹੜੀ ਹੈ ਵੀ ਇਹ ਤੁਹਾਡਾ ਵੀ ਸਹੀ ਜਵਾਬ ਹੈ ਇਹਨਾਂ ਦੇ ਅਕੋਰਡਿੰਗ ਸੋ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਹੇਰਟ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ ਵੀ ਸਹੀ ਹੈ ਮਤਲਬ ਕਿ ਇੱਥੇ ਤਿੰਨ ਕਥਨ ਆਏ ਹੋ ਜਿਹੜੇ ਹੋਣਗੇ ਜਿਹੜੇ ਗਲਤ ਹੋਣਗੇ ਇਹੋ ਕਰ ਕਿਹੜਾ ਕਥਨ ਹੈ ਵੀ ਸਹੀ ਹੈ ਵਿਸ਼ਰਾਮ ਚਿੰਨ ਕਿਸੇ ਵਾਕ ਦੇ ਅਰਥ ਵਿੱਚ ਬਦਲਾਅ ਕਰਦੇ ਹਨ ਵੀ ਸਭ ਨਾਲ ਪਹਿਲਾਂ ਦੱਸੋ ਵੀ ਵਿਸ਼ਰਾਮ ਚਿੰਨ ਹੁੰਦੇ ਕੀ ਨੇ ਜਿਵੇਂ ਕਿ ਆਹ ਕੁਐਸਚਨ ਮਾਰਕ ਲੱਗਿਆ ਹੋਇਆ ਨਾ ਵੀ ਕੁਐਸਚਨ ਮਾਰਕ ਹੈ ਇੱਥੇ ਕੀ ਹੈ ਜੀ ਇੱਥੇ ਵੇਖੋ ਇੱਥੇ ਵੀ ਲੱਗੀ ਹੋਈ ਹੈ ਡੰਡੀ ਲੱਗੀ ਹੋਈ ਹੈ ਸੋ ਇੱਥੇ ਬਾਕੀ ਇੱਕ ਤੁਸੀਂ ਵਿਸਮਕ ਚਿੰਨ ਵੀ ਵੇਖਿਆ ਹੋਣਾ ਜਿਵੇਂ ਕਿ ਇਹੋ ਜਿਹਾ ਕੁਝ ਹੁੰਦਾ ਨਾ ਇੱਕ ਡੰਡੀ ਪਾ ਕੇ ਇੱਕ ਥੱਲੇ ਬਿੰਦੀ ਹੁੰਦੀ ਆ ਕਾਮਾ ਵੀ ਤੁਸੀਂ ਵੇਖਿਆ ਹੋਣਾ ਵੀ ਐਸੀ ਤਰ੍ਹਾਂ ਵੀ ਇੱਕ ਇਨਵਰਟਿਡ ਕਾਮਾ ਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਜੇ ਕਿਸੇ ਕਵੀ ਵਗੈਰਾ ਦਾ ਨਾਮ ਲਿਖਿਆ ਹੁੰਦਾ ਇਹੋ ਜੇ ਬਹੁਤ ਸਾਰੇ ਕੁਝ ਨਾ ਕਹਿ ਸਕਦੇ ਆ ਵੀ ਵਿਸਮਿਕ ਚਿੰਨ ਹੁੰਦੇ ਨੇ ਵਿਸ਼ਰਾਮ ਚਿੰਨ ਜਾਂ ਫਿਰ ਇਹਦੇ ਵਿੱਚ ਇਹੀ ਗੱਲ ਪੁੱਛੀ ਜਾ ਰਹੀ ਆ ਵੀ ਇਹ ਇਹਦੇ ਨਾਲ ਕੀ ਹੋ ਸਕਦਾ ਵੀ ਵਿਸ਼ਰਾਮ ਜਿਹੜੇ ਚਿੰਨ ਹੁੰਦੇ ਨੇ ਵੀ ਕਿਸੇ ਵਾਕ ਦੇ ਅਰਥ ਵਿੱਚ ਬਦਲਾਅ ਕਰਦੇ ਨੇ ਕਰਦੇ ਹਨ ਵੀ ਇਹ ਵਿਸ਼ਰਾਮ ਚਿੰਨਾਂ ਬਾਰੇ ਗੱਲ ਕੀਤੀ ਜਾ ਰਹੀ ਆ ਸੋ ਇਹ ਆਪਸ਼ਨ ਨੰਬਰ 2 ਨੂੰ ਵੇਖਦੇ ਆ ਵਿਸ਼ਰਾਮ ਚਿੰਨਾਂ ਦੀ ਵਰਤੋਂ ਨਾਲ ਕਿਸੇ ਵਾਕ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਜਾਂ ਫਿਰ ਵਿਸ਼ਰਾਮ ਚਿੰਨ ਕਿਸੇ ਪਾਠ ਦੀ ਸੋਝ ਸੁਰਜਨਾ ਵਿੱਚ ਸਹਾਇ ਹੁੰਦੇ ਹਨ ਜਾਂ ਫਿਰ ਕਹਿ ਸਕਦੇ ਆ ਵਿਸ਼ਰਾਮ ਚਿੰਨ ਪਾਠ ਦੀ ਪੜਤ ਦੀ ਰਵਾਨੀ ਵਿੱਚ ਰਿਕਵਰਡ ਪੈਦਾ ਕਰਦੇ ਹਨ ਸੋ ਦੋਸਤੋ ਦੱਸੋ ਵਿਨਾ ਦੇ ਵਿੱਚ ਕਿਹੜਾ ਆਪਸ਼ਨ ਹੈ ਵੀ ਉਹ ਸਹੀ ਹੋ ਸਕਦਾ ਹੈ ਜੇ ਆਪਾਂ ਆਪਸ਼ਨ ਨੰਬਰ ਡੀ ਦੀ ਗੱਲ ਕਰੀਏ ਵੀ ਇਹ ਆਪਸ਼ਨ ਸਹੀ ਲੱਗ ਰਿਹਾ ਤੁਹਾਨੂੰ ਵੀ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਵੀ ਆ ਵਿਰਾਮ ਚਿੰਨ ਹੁੰਦੇ ਨੇ ਵੀ ਇਹ ਪੜਨ ਜਦੋਂ ਆਪਾਂ ਪੜਦੇ ਆ ਵੀ ਇਹ ਵਿਸ਼ਰਾਮ ਚਿੰਨ ਹੋਂ ਨਾਲ ਵੀ ਸਾਨੂੰ ਔਖ ਹੁੰਦੀ ਹੈ ਵੀ ਪਾਠ ਪੜਨ ਦੇ ਵਿੱਚ ਇਹ ਆਪਸ਼ਨ ਤਾਂ ਗਲਤ ਹੋ ਗਿਆ ਜੀ ਵਿਸ਼ਰਾਮ ਚਿੰਨ ਕਿਸੇ ਪਾਠ ਦੀ ਸਯਜ ਸਿਰਜਣਾ ਵਿੱਚ ਸਹਾਇ ਹੁੰਦੇ ਹਨ ਵੀ ਇਹ ਆਪਾਂ ਨੂੰ ਆਪਸ਼ਨ ਏ ਵੀ ਨਹੀਂ ਗਲਤ ਲੱਗ ਰਹੀ ਆ ਬਟ ਜੇ ਆਪਾਂ ਗੱਲ ਕਰੀਏ ਵੀ ਆਪਸ਼ਨ ਨੰਬਰ 2 ਦੀ ਵਿਸ਼ਰਾਮ ਚਿੰਨ ਦੀ ਵਰਤੋਂ ਨਾਲ ਕਿਸੇ ਵਾਕ ਵਿੱਚ ਵੀ ਇਹ ਗੱਲ ਤਾਂ ਗਲਤ ਹੈ ਵੀ ਵਿਸ਼ਰਾਮ ਚ ਇਹਨਾਂ ਜਦੋਂ ਵੀ ਮੰਨ ਕੇ ਚੱਲੋ ਵੀ ਕਿਸੇ ਕਿਸੇ ਤੁਸੀਂ ਕਾਮਾ ਲਗਾ ਦਿੰਨੇ ਹੋ ਕਿਤੇ ਨਹੀਂ ਲਗਾਉਂਦੇ ਸੋ ਇਹਦੇ ਤੁਹਾਨੂੰ ਬਹੁਤ ਹੀ ਜ਼ਿਆਦਾ ਫਰਕ ਵੇਖਣ ਨੂੰ ਮਿਲਦਾ ਜਿਵੇਂ ਕਿ ਰੁਕੋ ਮਤ ਜਾਣੇ ਦਿਓ ਵੀ ਇਹ ਤੁਸੀਂ ਕਈ ਵਾਰ ਵੇਖਿਆ ਵੀ ਹੋਣਾ ਟੀਵੀ ਦੇ ਵਿੱਚ ਵਿਖਾਇਆ ਜਾਂਦਾ ਵੀ ਉਹਨੂੰ ਰੋਕੋ ਹਨਾ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਉੱਥੇ ਕਾਮਾ ਜੇ ਨਾ ਲਗਾਇਆ ਹੋਵੇ ਤੇ ਉੱਥੇ ਬਹੁਤ ਹੀ ਆਪਾਂ ਨੂੰ ਫਰਕ ਵੇਖਣ ਨੂੰ ਮਿਲ ਜਾਂਦਾ ਹੁੰਦਾ ਸੋ ਆਪਸ਼ਨ ਨੰਬਰ ਜਿਹੜੀ ਫਸਟ ਹੈ ਇਹ ਤੁਹਾਡਾ ਸਹੀ ਜਵਾਬ ਹੋਏਗਾ ਕਿਉਂ ਕਿ ਇੱਥੇ ਵਿਸ਼ਰਾਮ ਚ ਇਹ ਕਿਸੇ ਵੀ ਵਾਕ ਦੇ ਅਰਥ ਵਿੱਚ ਬਦਲਾ ਕਰਦੇ ਹਨ ਵਿਦਿਆਰਥੀਆਂ ਤੁਹਾਨੂੰ ਇਹ ਵੀ ਵੇਖਣ ਨੂੰ ਮਿਲਣਗੇ ਵਿਸ਼ਰਾਮ ਚਿੰਨਾ ਦੀ ਜਦੋਂ ਵਰਤੋਂ ਵੀ ਸਹੀ ਤਰ੍ਹਾਂ ਨਹੀਂ ਕੀਤੀ ਗਈ ਹੋਣੀ ਸੋ ਆਪਸ਼ਨ ਨੰਬਰ 1 ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਸੋ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਵਿਖਦੇ ਹਾਂ ਵਿਦਿਆਰਥੀਆਂ ਦੀ ਲਿਖਤ ਦੇ ਮੁਲਾਂਕਣ ਦਾ ਸਭ ਤੋਂ ਵੱਧ ਮਹੱਤਵਯੋਗ ਕੇਂਦਰ ਹੋਣਾ ਚਾਹੀਦਾ ਹੈ ਵੀ ਵਿਦਿਆਰਥੀਆਂ ਦੀ ਲਿਖਤ ਦਾ ਵੀ ਜਿਹੜੀ ਵੀ ਮੁਲਾਂਕਣ ਕਰਨਾ ਹੈ ਵੀ ਆਪਾਂ ਜਦੋਂ ਵੀ ਮੁਲਾਂਕਣ ਕਰਾਂਗੇ ਵੀ ਲਿਖਤ ਦਾ ਵੀ ਸਭ ਤੋਂ ਮਹੱਤਵਪੂਰਨ ਕੇਂਦਰ ਕੀ ਹੋਣਾ ਚਾਹੀਦਾ ਵਿਸ਼ਾਹੀ ਸਹੀ ਸ਼ਬਦ ਜੋੜ ਅਤੇ ਵਿਆਕਰਨ ਵਿਚਾਰਾਂ ਦੀ ਅਭਿਵਿਅਕਤੀ ਜਾਂ ਫਿਰ ਸ਼ਬਦਾਂ ਦੀ ਗਿਣਤੀ ਨਿਰਧਾਰਤਾ ਕਰਨਾ ਜਾਂ ਫਿਰ ਲਿਖਣ ਸਮੇਂ ਮੁਹਾਵਰੇ ਅਤੇ ਅਖਾਵਤਾਂ ਦੀ ਵਰਤੋਂ ਕਰਨਾ ਸੋ ਦੋਸਤੋ ਲਿਖਣ ਦੀ ਗੱਲ ਕੀਤੀ ਜਾ ਰਹੀ ਆ ਵੀ ਲਿਖਣ ਦੇ ਜਦੋਂ ਆਪਾਂ ਮੁਲਾਂਕਣ ਕਰਾਂਗੇ ਈਵੈਲੂਏਸ਼ਨ ਕਰਾਂਗੇ ਠੀਕ ਆ ਦੋਸਤੋ ਵੀ ਉਹਦੇ ਵਿੱਚ ਕੀ ਗੱਲ ਕੀਤੀ ਜਾ ਰਹੀ ਆ ਵੀ ਸਾਰ ਨਾਲ ਇੰਪੋਰਟੈਂਟ ਕੀ ਹੋਣਾ ਚਾਹੀਦਾ ਵੀ ਇੱਥੇ ਸਹੀ ਸ਼ਬਦ ਜੋੜ ਅਤੇ ਵਿਆਕਰਣ ਵੀ ਕੀ ਸਿਰਫ ਇਹੀ ਸਹੀ ਹੋ ਸਕਦਾ ਜਾਂ ਫਿਰ ਆਪਸ਼ਨ ਨੰਬਰ 2 ਵੀ ਜਿਹੜੀ ਵਿਚਾਰਾਂ ਦੀ ਅਭੀ ਵਿਅਕਤੀ ਹੈ ਵੀ ਜੋ ਵੀ ਜੋ ਵੀ ਪਰਸਨ ਹੈ ਵੀ ਉਹ ਆਪਦੇ ਜਿਹੜੇ ਵਿਚਾਰ ਨੇ ਵੀ ਉਹ ਐਕਸਪ੍ਰੈਸ ਕਿਵੇਂ ਕਰ ਰਿਹਾ ਵੀ ਇਹ ਆਪਾਂ ਨੂੰ ਵੇਖਣਾ ਚਾਹੀਦਾ ਜਾਂ ਫਿਰ ਜਿਹੜੀ ਸ਼ਬਦਾਂ ਦੀ ਗਿਣਤੀ ਨਿਰਧਾਰਿਤ ਕਰਨਾ ਵੀ ਸ਼ਬਦ ਕਿੰਨੇ ਲਿਖੇ ਹੋਏ ਨੇ ਜਿਵੇਂ ਤੁਹਾਨੂੰ ਦੱਸਿਆ ਜਾਂਦਾ ਨਾ ਕਿ ਜਦੋਂ ਵੀ ਤੁਸੀਂ ਕੋਈ ਪ੍ਰਸ਼ਨ ਲਿਖ ਦਿੰਦੇ ਹੋ ਵੀ ਉੱਥੇ ਲਿਖਿਆ ਹੁੰਦਾ ਨਾ ਵੀ ਇਹ ਜਿਹੜਾ ਲੌਂਗ ਕੁਐਸਚਨ ਹੈ ਵੀ ਤੁਸੀਂ 250 ਤੋਂ ਲੈ ਕੇ 300 ਵਰਡ ਦੇ ਵਿੱਚ ਲਿਖਣਾ ਹੈ ਸੋ ਉਹਦੇ ਵਿੱਚ ਸਿਰਫ ਆਪਾਂ ਸ਼ਬਦਾਂ ਦੀ ਗਿਣਤੀ ਕਰਾਂਗੇ ਕਿ ਅੱਛਾ ਇਹਨੇ 250 ਤੋਂ ਵੱਧ ਲਿਖਿਆ ਤੇ ਭਈ ਇਹਨੂੰ ਗਲਤ ਕਰ ਦੋ ਵੀ ਕੀ ਤੁਸੀਂ ਐਵੇਂ ਕਰੋਗੇ ਜਾਂ ਤਾਂ ਫਿਰ ਆਪਸ਼ਨ ਨੰਬਰ 4 ਹੋ ਸਕਦਾ ਵੀ ਲਿਖਣ ਸਮੇਂ ਜਿਹੜੇ ਵੀ ਮੁਹਾਵਰੇ ਹੁੰਦੇ ਨੇ ਅਖਾਉਤਾਂ ਹੁੰਦੀਆਂ ਨੇ ਵੀ ਤੁਸੀਂ ਉਹਨਾਂ ਦੀ ਜਿਹੜੀ ਵਰਤੋਂ ਹੈ ਵੀ ਉਹ ਤੁਸੀਂ ਕੀ ਕਰਨਾ ਹੈ ਵੀ ਉਹਨਾਂ ਦੀ ਵੱਧ ਤੋਂ ਵੱਧ ਵਰਤੇ ਕਰਨ ਵਰਤੋਂ ਕਰਨੀ ਆ ਸੋ ਇਹਦੇ ਵਿੱਚ ਕਿਹੜੀ ਆਪਸ਼ਨ ਹੈ ਜੀ ਸਹੀ ਹੋ ਸਕਦੀ ਹੈ ਸੋ ਇੱਥੇ ਆਪਸ਼ਨ ਨੰਬਰ 2 ਹੈ ਜੀ ਵਿਚਾਰਾਂ ਦੀ ਅਭਿਵਿਅਕਤੀ ਜਿਹੜੀ ਹੁੰਦੀ ਹੈ ਵੀ ਇਹ ਆਪਾਂ ਨੂੰ ਬੜੇ ਹੀ ਧਿਆਨ ਨਾਲ ਵੇਖਦੇ ਹਾਂ ਕਿਉਂਕਿ ਜਦੋਂ ਵੀ ਤੁਹਾਨੂੰ ਐਸੇ ਲਿਖਣ ਨੂੰ ਦਿੱਤਾ ਜਾਂਦਾ ਜਾਂ ਫਿਰ ਜਦੋਂ ਵੀ ਤੁਹਾਨੂੰ ਪੰਜਾਬੀ ਦੇ ਵਿੱਚ ਜਾਂ ਫਿਰ ਇੰਗਲਿਸ਼ ਦੇ ਵਿੱਚ ਐਪਲੀਕੇਸ਼ਨ ਲਿਖਣ ਨੂੰ ਦਿੱਤੀ ਜਾਂਦੀ ਹੈ ਸੋ ਉੱਤੇ ਕੀ ਵੇਖਿਆ ਜਾਂਦਾ ਵੀ ਬੱਚਾ ਕਹਿ ਕੀ ਰੈਕਚੁਅਲ ਦੇ ਵਿੱਚ ਠੀਕ ਆ ਦੋਸਤੋ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਆਪਸ਼ਨ ਨੰਬਰ 2 ਹੈ ਜੀ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ অপਸ਼ਨ ਨੰਬਰ 2 ਕੀ ਹੈ ਜੀ ਤੁਹਾਡਾ রাইਟ ਆਨਸਰ ਹੈ ਸੋ ਚਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਇਹ ਹੈ ਕੁਐਸਚਨ ਨੈਸ਼ਨਲ ਕਰਿਕੂਲਮ ਫਰੇਮਵਰਕ ਤੋਂ एनसीएफ ਦਾ ਕੁਐਸਚਨ ਹੈ ਜੀ ਇਹ ਹਰ ਦੂਜੇ ਸਬਜੈਕਟ ਦੇ ਵਿੱਚੋਂ ਪੁੱਛਿਆ ਜਾਂਦਾ ਹੁੰਦਾ ਵੀ ਜਿਹੜੀ ਮਰਜ਼ੀ ਪੈਡਾਗੋਜੀ ਹੋਵੇ ਸੋ ਜਿਵੇਂ ਕਿ ਲੈਂਗੁਏਜ ਪੈਡਾਗੋਜੀ ਦੇ ਵਿੱਚ ਵੀ ਲੈਂਗੁਏਜ ਨਾਲ ਸੰਬੰਧਿਤ ਕੁਐਸਚਨ ਹੈ ਵੀ ਲੈਂਗੁਏਜ ਨਾਲ ਤਾਂ ਸ਼ਾਇਦ ਨਹੀਂ ਹੈ ਵੀ ਵੇਖੋ ਵੀ एनसीएफ 2005 ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਿਲ ਨਹੀਂ ਹੈ ਵੀ ਮਤਲਬ ਇਹ ਹੈ ਨਾ ਕਿ एनसीएफ 2005 ਦੇ ਅਕੋਰਡਿੰਗ ਵੀ ਤੁਹਾਨੂੰ ਇਹ ਆਪਸ਼ਨਾਂ ਦੇ ਵਿੱਚੋਂ ਵੀ ਤਿੰਨ ਆਪਸ਼ਨਾਂ ਕੁ ਜਹਾਉ ਜੀਆਂ ਲਿਖਿਆ ਹੋਣ ਗਿਆ ਜਿਹੜੀਆਂ ਕਿ ਸਹੀ ਹੋਣਗੀਆਂ ਤੇ ਇੱਕ ਆਪਸ਼ਨ ਗਲਤ ਹੋਏਗੀ ਸੋ ਆਪਸ਼ਨ ਨੰਬਰ 1 ਨੂੰ ਵੇਖਦੇ ਆ ਵੀ ਸਕੂਲ ਤੋਂ ਬਾਹਰ ਜੀਵਨ ਨਾਲ ਗਿਆਨ ਨੂੰ ਜੋੜਨਾ ਕਿ ਇਹ ਗੱਲ ਕੀਤੀ ਗਈ ਹੈ ਵੀ ਕਨੈਕਟਿੰਗ ਲੈਂਗੁਏਜ ਵੀ ਜਿਹੜੇ ਵੀ ਨੌਲੇਜ ਹੈ ਵੀ ਉਹਨੂੰ ਜਿਹੜਾ ਵੀ ਕੀ ਹੈ ਜੀ ਬਾਹਰ ਦਾ ਜਿਹੜਾ ਜੀਵਨ ਹੈ ਵੀ ਐਕਸਟੀਰੀਅਰ ਐਕਸਟਰਨਲ ਜਿਹੜਾ ਵਰਲਡ ਹੈ ਵੀ ਉਹਦੇ ਨਾਲ ਜੋੜਿਆ ਜਾਵੇ ਇਨਫੋਰਮੇਸ਼ਨ ਨੂੰ ਨੌਲੇਜ ਨੂੰ ਜਾਂ ਫਿਰ ਆਪਸ਼ਨ ਨੰਬਰ 2 ਐਸੇ ਗੱਲ ਨੂੰ ਯਕੀਨੀ ਬਣਾਉਣਾ ਕਿ ਸਿੱਖਿਆ ਰੂੜੀਵਾਦੀ ਵਿਧੀਆਂ ਤੋਂ ਹਟ ਕੇ ਰਹੇ ਵੀ ਐਸ ਗੱਲ ਨੂੰ ਯਕੀਨੀ ਬਣਾਉਣਾ ਕਿ ਜਿਹੜੀ ਵੀ ਤੁਹਾਡੀ ਐਜੂਕੇਸ਼ਨ ਹੈ ਜਿਹੜੀ ਵੀ ਸਿੱਖਿਆ ਤੁਹਾਨੂੰ ਦਿੱਤੀ ਜਾ ਰਹੀ ਹੈ ਵੀ ਸਟੋਰੀ ਟਾਈਪ ਸਟੇਰੀਓ ਟਾਈਪ ਜਿਹੜੀਆਂ ਵੀ ਹੁੰਦੀਆਂ ਹੁੰਦੇ ਆਏ ਨੇ ਹੁੰਦੇ ਨੇ ਵੀ ਉਹ ਜਿਹੜੇ ਜਿਹੜੇ ਕਿ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਮੈਥਡ ਯੂਜ਼ ਕੀਤੇ ਜਾਂਦੇ ਸੀਗੇ ਜਿਵੇਂ ਕਿ ਟੀਚਰ ਸੈਂਟਰਡ ਮੈਥਡ ਤੁਸੀਂ ਜ਼ਰੂਰ ਸੁਣਿਆ ਹੋਊਗਾ ਵੀ ਅਧਿਆਪਕ ਵੀ ਆਪ ਦੇ ਅਕੋਰਡਿੰਗ ਹੀ ਪੜਾਉਂਦਾ ਹੁੰਦਾ ਸੀ ਜਿਹੜਾ ਵੀ ਟੀਚਰ ਹੁੰਦਾ ਸੀ ਕਿ ਵੀ ਹਾਂ ਵੀ ਚਲੋ ਕਿਤਾਬਾਂ ਖੋਲੋ ਐਵੇਂ ਕਰ ਲੋ ਚਾਹ ਹਾਂ ਵੀ ਚਲ ਤੂੰ ਪੜ ਮੈਥਡ ਜਿਵੇਂ ਕਿ ਚਲ ਵੀ ਲੈਸਨ ਨੂੰ ਪੜਨਾ ਸ਼ੁਰੂ ਕਰ ਦੇ ਸੋ ਇਹ ਮੈਥਡ ਤੁਸੀਂ ਵੀ ਕਾ ਬਟ ਅੱਜ ਦੇ ਟਾਈਮ 'ਚ ਕੀ ਹੁੰਦਾ ਵੀ ਟੀਚਰ ਆਪ ਬੱਚਿਆਂ ਕੋਲ ਜਾਂਦੇ ਨੇ ਜੇ ਬੱਚਿਆਂ ਨੂੰ ਸਮਝ ਨਹੀਂ ਲੱਗ ਰਹੀ ਸੋ ਟੀਚਰ ਇੱਥੇ ਆਪਦੇ ਜਿਹੜੇ ਕੀ ਕਹਿ ਸਕਦੇ ਆ ਵੀ ਆਪਦੇ ਜਿਹੜੇ ਮੈਥਡ ਨੇ ਉਹਨਾਂ ਨੂੰ ਚੇਂਜ ਕਰਦੇ ਨੇ ਸੋ ਇਹ ਗੱਲਾਂ ਤੁਸੀਂ ਵੇਖਿਆ ਹੋਣਗੀਆਂ ਵੀ ਚਾਈਲਡ ਸੈਂਟਰਡ ਮੈਥਡ ਦੇ ਵਿੱਚ ਵੀ ਟੀਚਰ ਕੀ ਕਰਦਾ ਹੈ ਵੀ ਆਪਦੇ ਆਪ ਨੂੰ ਚੇਂਜ ਕਰਦਾ ਨਾ ਕਿ ਬੱਚਿਆਂ ਨੂੰ ਚੇਂਜ ਕਰਦਾ ਹੋ ਵੀ ਆਪਦੇ ਆਪ ਨੂੰ ਬੱਚਿਆਂ ਨੂੰ ਜਿਸ ਹਿਸਾਬ ਨਾਲ ਸਮਝ ਲੱਗ ਰਹੀ ਹੈ ਵੀ ਉਸ ਹਿਸਾਬ ਨਾਲ ਚੇਂਜ ਕਰਦਾ ਸੋ ਇਹੀ ਹੈ ਨਾ ਮਤਲਬ ਕਿ ਰੂੜੀਵਾਦੀ ਵਿਧੀਆਂ ਤੋਂ ਹਟ ਕੇ ਬੱਚਿਆਂ ਨੂੰ ਪੜਾਉਣਾ ਸੋ ਆਪਸ਼ਨ ਨੰਬਰ 2 ਦੇ ਵਿੱਚ ਤਾਂ ਇਹ ਲਿਖਿਆ ਹੋਇਆ ਹੈ ਉਹ ਹੁਣ ਤਾਂ ਮੈਂ ਦੱਸ ਹੀ ਦਿੱਤਾ ਕਿ ਹਾਂ ਵੀ ਇਹ ਆਪਸ਼ਨ ਵੀ ਮਤਲਬ ਕਿ एनसीएफ 2005 ਦਾ ਇੱਕ ਹੀ ਹੈ ਜੀ ਇਹ ਕਹਿ ਸਕਦੇ ਆ ਵੀ ਸਿਧਾਂਤ ਹੈ ਇੱਕ ਇਹ ਵੀ ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ 3 ਦੀ ਵੀ ਪਾਠਕ੍ਰਮ ਪਾਠ ਪੁਸਤਕ ਅਧਾਰੀ ਹੋਣਾ ਚਾਹੀਦਾ ਹੈ ਵੀ ਜਿਹੜਾ ਵੀ ਤੁਹਾਡਾ ਕਰਿਕੂਲਮ ਹੈ ਵੀ ਉਹ ਪਾਠ ਪੁਸਤਕ ਵੀ ਟੈਕਸਟ ਬੁੱਕ ਅਕੋਰਡਿੰਗ ਹੋਣਾ ਚਾਹੀਦਾ ਕਿ ਇਹ ਸਹੀ ਹੈ ਜਾਂ ਫਿਰ ਜਮਾਤ ਵਿੱਚ ਇਮਤਿਹਾਨਾਂ ਨੂੰ ਵਧੇਰੇ ਲਚੀਲਾ ਤੇ ਸੰਗਠਿਤ ਬਣਾਉਣਾ ਵੀ ਇਹਦਾ ਕੀ ਮਤਲਬ ਹੈ ਜੀ ਵੀ ਜਮਾਤ ਵਿੱਚ ਜਿਹੜੇ ਵੀ ਐਗਜ਼ਾਮ ਹੁੰਦੇ ਨੇ ਵੀ ਵਧੇਰੇ ਲਚੀਲਾ ਬਣਾਉਣ ਦੀ ਕੀ ਮਤਲਬ ਹੈ ਜੀ ਇਲਾਸਟਿਕ ਇਲਾਸਟਿਕ ਦਾ ਕੀ ਮਤਲਬ ਹੈ ਜੀ ਫਲੈਕਸੀਬਲ ਕਹਿ ਸਕਦੇ ਹੋ ਤੁਸੀਂ ਵੀ ਜਿਵੇਂ ਕਿ ਮੰਨ ਕੇ ਚੱਲੋ ਵੀ ਆਪਾਂ ਨੂੰ ਲੱਗ ਰਿਹਾ ਹੈ ਕਿ ਹਾਂ ਵੀ ਹੁਣ ਐਗਜ਼ਾਮ ਨੂੰ ਲੈਣਾ ਚਾਹੀਦਾ ਜਾਂ ਫਿਰ ਹੁਣ ਨਹੀਂ ਲੈਣਾ ਚਾਹੀਦਾ ਵੀ ਜਦੋਂ ਵੀ ਆਪਾਂ ਚੇਂਜਸ ਕੁਝ ਲਿਆਉਣੀਆਂ ਹੁਣ ਵੀ ਸਾਨੂੰ ਕੋਈ ਬਹੁਤਾ ਐਫਰਟ ਨਾ ਕਰਨਾ ਪਵੇ ਵੀ ਜਿਹੜਾ ਵੀ ਸਿਸਟਮ ਹੈ ਵੀ ਉਹਨੂੰ ਉਹਦੇ ਵਿੱਚ ਜਦੋਂ ਵੀ ਆਪਾਂ ਚੇਂਜਸ ਲਿਆਉਣੀਆਂ ਨੇ ਵੀ ਜਾਂ ਫਿਰ ਜਿਹੜੇ ਵੀ ਐਗਜ਼ਾਮ ਹੁੰਦੇ ਨੇ ਵੀ ਉਹਦੇ ਵਿੱਚ ਆਪਾਂ ਨੂੰ ਬਹੁਤਾ ਦੂਜਾ ਨਾ ਕਰਨਾ ਪਵੇ ਐਫਰਟ ਨਾ ਲਗਾਉਣਾ ਪਵੇ ਸੋ ਜਮਾਤ ਵਿੱਚ ਇਮਤਿਹਾਨਾਂ ਨੂੰ ਵਧੇਰੇ ਵੀ ਫਲੈਕਸੀਬਲ ਬਣਾਇਆ ਜਾਵੇ ਸੋ ਇਹਨਾਂ ਦੇ ਵਿੱਚੋਂ ਦੱਸੋ ਵੀ ਕਿਹੜੇ ਆ ਸੋ ਦੋਸਤੋ ਇਹਨਾਂ ਦੇ ਵਿੱਚੋਂ ਕਿਹੜਾ ਸ਼ਾਮਿਲ ਨਹੀਂ ਹੈ ਸੋ ਦੋਸਤੋ ਜੇ ਆਪਾਂ ਗੱਲ ਕਰੀਏ ਵੀ ਆਪਸ਼ਨ ਨੰਬਰ 3 ਹੈ ਜੀ ਇਹਦੇ ਵਿੱਚ ਕੀ ਦੱਸਿਆ ਹੋਇਆ ਕਿ ਪਾਠਕ੍ਰਮ ਪਾਠ ਪੁਸਤਕ ਆਧਾਰੀ ਹੋਣਾ ਚਾਹੀਦਾ ਹੈ ਮੈਂ ਦੋਸਤੋ ਨਾਲੇ ਆਪਸ਼ਨ ਨੰਬਰ 2 ਦੇ ਵਿੱਚ ਹੀ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜਾ ਪਹਿਲਾਂ ਵਾਲਾ ਜਿਹੜਾ ਟਾਈਮ ਸੀ ਵੀ ਉਹਦੇ ਵਿੱਚ ਕੀ ਕੀਤਾ ਜਾਂਦਾ ਸੀਗਾ ਵੀ ਟੈਕਸਟਬੁੱਕ ਮੈਥਡ ਦੀ ਜਾਂ ਫਿਰ ਟੀਚਰ ਸੈਂਟਰਡ ਮੈਥਡ ਦੀ ਵਰਤੋਂ ਕੀਤੀ ਜਾਂਦੀ ਸੀਗੀ ਬਟ ਅੱਜ ਦੇ ਟਾਈਮ 'ਚ ਵੀ ਚਾਈਲਡ ਸੈਂਟਰਡ ਜਿਹੜਾ ਮੈਥਡ ਹੈ ਵੀ ਬਾਲ ਕੇਂਦਰਿਤ ਜਿਹੜਾ ਵੀ এডੂਕੇਸ਼ਨ ਹੈ ਵੀ ਉਹਨੂੰ ਫਾਲੋ ਕੀਤਾ ਜਾਂਦਾ ਹੈ ਬਟ ਇਹ ਕੀ ਦੀ ਗੱਲ ਕਰ ਰਿਹਾ ਜੀ ਵੀ ਜੋ ਕੁਝ ਟੈਕਸਟ ਬੁੱਕ ਦੇ ਵਿੱਚ ਦੱਸਿਆ ਹੋਇਆ ਨਾ ਵੀ ਪਾਠਕ੍ਰਮ ਦੇ ਵਿੱਚ ਪੁਸਤਕਾਂ ਦੇ ਵਿੱਚ ਜੋ ਕੁਝ ਸਮਝਾਇਆ ਹੋਇਆ ਵੀ ਤੁਸੀਂ ਉਹਨਾਂ ਦੇ ਅਕੋਰਡਿੰਗ ਬੱਚਿਆਂ ਨੂੰ ਸਿੱਖਿਆ ਦਿਓ ਸੋ ਇਹ ਆਪਸ਼ਨ ਤਾਂ ਗਲਤ ਹੋ ਗਈ ਨਾ ਬਟ ਇਹਨਾਂ ਦੇ ਆਪਸ਼ਨਾਂ ਦੇ ਅਕੋਰਡਿੰਗ ਵੀ ਇਹ ਆਪਸ਼ਨ ਤਾਂ ਓਡੀ ਸਹੀ ਹੈ ਤੇ ਬਾਕੀ ਦੋਸਤੋ ਜੇ ਆਪਾਂ ਗੱਲ ਕਰੀਏ ਵੀ ਇਹ ਸੇਮ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਵੀ ਉੱਥੇ ਉਹ ਪੁੱਛਣਗੇ ਕੋਈ ਜ਼ਰੂਰੀ ਨਹੀਂ ਕਿ ਇਹ ਪੰਜਾਬੀ ਪੈਡਾਗੋਜੀ ਦੇ ਵਿੱਚ ਹੀ ਪੁੱਛਿਆ ਜਾਵੇ ਵੀ ਇਹ ਸੀਡੀਪੀ ਦਾ ਜਿਹੜਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਚਾਈਲਡ ਡਿਵੈਲ ਪੈਡਾਗੋਜੀ ਵਾਲਾ ਜਿਹੜਾ ਪੋਰਸ਼ਨ ਹੁੰਦਾ ਵੀ ਉਹਦੇ ਵਿੱਚੋਂ ਵੀ ਇਹ ਪੁੱਛਿਆ ਜਾ ਸਕਦਾ ਤੇ ਜਾਂ ਫਿਰ ਇੰਗਲਿਸ਼ ਪੈਡਾਗੋਜੀ ਇਵਨ ਹਿੰਦੀ ਪੈਡਾਗੋਜੀ ਤੇ ਸਾਇੰਸ ਤੇ ਮੈਥ ਵੀ ਇਹਨਾਂ ਕਿਸੇ ਦੇ ਵਿੱਚੋਂ ਵੀ ਇਹ ਪੁੱਛਿਆ ਜਾ ਸਕਦਾ ਜਿਵੇਂ ਕਿ ਮੰਨ ਕੇ ਚੱਲੋ ਵੀ ਐਨਸੀਐਫ ਦੇ ਵਿੱਚੋਂ ਵੀ ਕਿਹੜਾ ਸਿਧਾਂਤ ਹੈ ਇਹਨਾਂ ਦੇ ਵਿੱਚੋਂ ਤੇ ਤੁਹਾਨੂੰ ਆਪਸ਼ਨ ਦੇ ਵਿੱਚ ਲਿਖਿਆ ਹੋਵੇ ਵੀ ਸਕੂਲਾਂ ਤੋਂ ਬਾਹਰਲੇ ਜੀਵਨ ਨੂੰ ਗਿਆਨ ਨੂੰ ਜੋੜਨਾ ਵੀ ਇਹ ਗੱਲ ਬਿਲਕੁਲ ਸਹੀ ਹੈ ਸੋ ਇਹਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਹਾਂ ਵੀ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਇਹ ਦੱਸੋ ਸੋ ਦੋਸਤੋ ਇਹ ਗੱਲ ਤੁਸੀਂ ਧਿਆਨ ਨਾਲ ਸਮਝ ਲਿਓ ਵੀ ਆਪਾਂ ਕੋਈ ਜ਼ਰੂਰੀ ਨਹੀਂ ਕਿ ਇੱਕ ਕੁਐਸਚਨ ਦੇ ਵਿੱਚ ਇੱਕ ਕੁਐਸਚਨ ਨੂੰ ਹੀ ਕਰਨਾ ਸੋ ਇੱਕ ਕੁਐਸਚਨ ਨੂੰ ਆਪਾਂ ਦੋ ਤੇ ਤਿੰਨ ਕੁਐਸਚਨ ਦੇ ਵਿੱਚ ਆਪਾਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਫੇਰੀ ਇਹਨਾਂ ਕਲਾਸਾਂ ਨੂੰ ਲਗਾਉਣ ਦਾ ਫਾਇਦਾ ਤੁਹਾਨੂੰ ਹੁਣ ਚੱਲਦੇ ਹਾਂ ਜੀ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ 128 ਨੰਬਰ ਕੁਐਸਚਨ ਹੈ ਜੀ ਉਹ ਬੰਬ ਜੋ ਕਿ ਕਿਸੇ ਵਾਪਰੀ ਘਟਨਾ ਦੇ ਤਤਾਤਮਕ ਸੂਚਨਾ ਨੂੰ ਬਿਆਨ ਕਰਦਾ ਹੈ ਕਿ ਇਹ ਕਦੋਂ ਵਾਪਰੀ ਕਿ ਕਿੱਥੇ ਵਾਪਰੀ ਤੇ ਇਸ ਦੀ ਉਤੇਜਨਾ ਦੇ ਫਲ ਸ্বরূপ ਕਾਰਜ ਕਿਵੇਂ ਸੰਪੰਨ ਹੋਇਆ ਵੀ ਇਹਨੂੰ ਕੀ ਕਿਹਾ ਜਾਵੇਗਾ ਵੀ ਕੀ ਐਸਾਈਨਮੈਂਟ ਹੈ ਕੀ ਇਹ ਪ੍ਰੋਜੈਕਟ ਵਰਕ ਹੈ ਜਾਂ ਫਿਰ ਐਨੈਕਡੋਟਲ ਰਿਕਾਰਡ ਹੈ ਜੀ ਜਾਂ ਫਿਰ ਇਹ ਕਹਿ ਸਕਦੇ ਆ ਰੇਟਿੰਗ ਸਕੇਲ ਹੈ ਸੋ ਦੋਸਤੋ ਦੱਸੋ ਵੀ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਵੀ ਉਹ ਸਹੀ ਹੋ ਸਕਦੀ ਹੈ ਸੋ ਦੋਸਤੋ ਜੇ ਆਪਾਂ ਗੱਲ ਕਰੀਏ ਵੀ ਇਹ ਜਦੋਂ ਐਨੈਕਡੋਟਲ ਇੱਥੇ ਜਿਹੜਾ ਰਿਕਾਰਡ ਹੈ ਵੈਸੇ ਤਾਂ ਇਹ ਸਟੈਟਿਕ ਕੁਐਸਚਨ ਹੈ ਵੀ ਤੁਸੀਂ ਨਾਲੇ ਨਾ ਇਹਨੂੰ ਸਮਝ ਲਿਓ ਧਿਆਨ ਨਾਲ ਕਿ ਇਹ ਕੁਐਸਚਨ ਬਾਕੀ ਹੋ ਰਹਾ ਸਬਜੈਕਟਾਂ ਦੇ ਵਿੱਚ ਵੀ ਇਹ ਬਹੁਤ ਜ਼ਰੂਰੀ ਕੁਐਸਚਨ ਹੈ ਜੀ ਕਿਉਂਕਿ ਮੈਨੂੰ ਪਤਾ ਵੀ ਮੈਂ ਬਾਕੀ ਹੋਰ ਸਬਜੈਕਟਾਂ ਦੇ ਵਿੱਚ ਵੀ ਇਹ ਕੁਐਸਚਨ ਰਿਪੀਟ ਹੁੰਦਾ ਵੇਖਿਆ ਜਿਹੜਾ ਐਨੈਕਡੋਟਲ ਰਿਕਾਰਡ ਹੁੰਦਾ ਨਾ ਵੀ ਇਹਦੇ ਵਿੱਚ ਆਪਾਂ ਬੱਚੇ ਦਾ ਵੀ ਸਾਰੀ ਜਿਹੜੀ ਜਾਣਕਾਰੀ ਆ ਵੀ ਉਹ ਲਿਖਦੇ ਹੁੰਨੇ ਆ ਜਿਵੇਂ ਕਿ ਇੱਥੇ ਦੱਸਿਆ ਹੀ ਹੋਇਆ ਜੜੀਆਂ ਵੀ ਇੱਥੇ ਗੱਲਾਂ ਦਸੀਆਂ ਹੋਈਆਂ ਨਾ ਐਨੈਕਡੋਟਲ ਰਿਕਾਰਡ ਦੀ ਸਾਰੀ ਡੈਫੀਨੇਸ਼ਨ ਹੀ ਸਮਝ ਲਓ ਵੀ ਇਹ ਕਹੇ ਹਉ ਬੈਂਬਾ ਵੀ ਜਿੱਥੇ ਵਾਪਰੀ ਘਟਨਾ ਦੇ ਤਥਾਤਮਕ ਜੋ ਵੀ ਹੁੰਦੇ ਫੈਕਚੁਅਲ ਗੱਲਾਂ ਹੁੰਦੀਆਂ ਨੇ ਵੀ ਉਹ ਕਿ ਆ ਕੀ ਕਰਦਾ ਜੋ ਬਿਆਨ ਕਰਦਾ ਹੈ ਕਿ ਇਹ ਕਦੋਂ ਵਾਪਰੀ ਕਿੱਥੇ ਵਾਪਰੀ ਤੇ ਇੱਥੇ ਉਤੇ ਜਨਾਂ ਦੇ ਫਲਸੂਰੂਪ ਕਾਰਜ ਕਿਵੇਂ ਸੰਪੰਨ ਹੋਇਆ ਨੂੰ ਨੂੰ ਆਪਾਂ ਐਨੈਕਡੋਟਲ ਰਿਕਾਰਡ ਕਹਿੰਨੇ ਆ ਜੀ ਠੀਕ ਆ ਦੋ ਵੀ ਕਾਫੀ ਸਟੂਡੈਂਟ ਦੀ ਜਿਹੜੀ ਇਨਫੋਰਮੇਸ਼ਨ ਹੈ ਵੀ ਉਹ ਦੱਸੀ ਜਾਂਦੀ ਹੁੰਦੀ ਆ ਠੀਕ ਆ ਦੋਸਤੋ ਸਮਝ ਗਏ ਹੋਣੇ ਤੁਸੀਂ ਇਸ ਗੱਲ ਨੂੰ ਵੀ ਆਪਸ਼ਨ ਨੰਬਰ 3 ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਬਾਕੀ ਦੀਆਂ ਆਪਸ਼ਨਾਂ ਗਲਤ ਹੋ ਜਾਣਗੀਆਂ ਅਸਾਈਨਮੈਂਟ ਤਾਂ ਤੁਸੀਂ ਸਮਝਦੇ ਹੀ ਹੋ ਦੋਸਤੋ ਪ੍ਰੋਜੈਕਟ ਵਰਕ ਵੀ ਸਮਝਦੇ ਹੋ ਵੀ ਗਰੁੱਪ ਦੇ ਵਿੱਚ ਬੱਚਿਆਂ ਨੂੰ ਦਿੱਤਾ ਜਾਂਦਾ ਰੇਟਿੰਗ ਸਕੇਲ ਕੀ ਹੁੰਦਾ ਵੀ ਰੇਟਿੰਗ ਸਕੇਲ ਜੇ ਆਪਾਂ ਜੇ ਤੁਸੀਂ ਟੀਚਿੰਗ ਪ੍ਰੈਕਟਿਸ ਲਗਾਈ ਹੋਗੀ ਜੋ ਉੱਥੇ ਤੁਸੀਂ ਵੇਖਿਆ ਹੋਣਾ ਵੀ ਜਦੋਂ ਵੀ ਕੋਈ ਟੀਚਰ ਹੁੰਦਾ ਜੋ ਮਾਈਕਰੋ ਟੀਚਿੰਗ ਵਗੈਰਾ ਕਰਵਾਈ ਜਾਂਦੀ ਹੁੰਦੀ ਆ ਸੋ ਜਦੋਂ ਵੀ ਬੱਚਾ ਕੀ ਕਰਦਾ ਜੀ ਜਿਹੜਾ ਬੱਚਾ ਵੀ ਤੁਹਾਨੂੰ ਕੀ ਕਿਹਾ ਜਾਂਦਾ ਵੀ ਤੁਸੀਂ ਠੀਕ ਆ ਵੀ ਕਲਾਸ ਲਗਾ ਕੇ ਵਿਖਾਓ ਵੀ ਉੱਥੇ ਕਿਵੇਂ ਪੜਾਉਂਗੇ ਬੱਚਿਆਂ ਨੂੰ ਸੋ ਨਾ ਉੱਥੇ ਇੱਕ ਤੁਹਾਨੂੰ ਕੋਈ ਆਬਜ਼ਰਵ ਕਰ ਰਿਹਾ ਹੁੰਦਾ ਆਬਜ਼ਰਵ ਦੇ ਵਿੱਚ ਕੀ ਦੱਸਿਆ ਜਾਂਦਾ ਕਿ ਤੁਸੀਂ ਨਾ ਰੇਟਿੰਗ ਸਕੇਲ ਦੇ ਵਿੱਚ ਵੀ ਇਹ ਵੇਖਿਆ ਜਾਂਦਾ ਕਿ ਛਾ ਵੀ ਇਹ ਪਰਸਨ ਨੇ ਆਹ ਵਾਲੀਆਂ ਗੱਲਾਂ ਨੂੰ ਯੂਜ਼ ਕੀਤਾ ਜਿਵੇਂ ਕਿ ਤੁਸੀਂ ਬਲੈਕਬੋਰਡ ਨੂੰ ਵੱਧ ਯੂਜ਼ ਕਰ ਰਹੇ ਹੋ ਤੇ ਹੋਰ ਵੀ ਤੁਸੀਂ ਬੋਲ ਵੀ ਵਧੀਆ ਰਹੇ ਹੋ ਤੁਸੀਂ ਕੁਐਸਚਨ ਨਹੀਂ ਕੀਤੀ ਜਾਂ ਨਹੀਂ ਕੀਤੀ ਸੋ ਇਹ ਨਾ ਰੇਟਿੰਗ ਸਕੇਲ ਦੇ ਵਿੱਚ ਨਾ ਵੀ ਤੁਹਾਨੂੰ ਨਾ ਇਹ ਸਾਰੀਆਂ ਆਪਸ਼ਨਾਂ ਲੈ ਕੇ ਵੀ ਉੱਥੇ ਨੰਬਰ ਲਗਾਏ ਹੁੰਦੇ ਆ ਵੀ ਤੁਸੀਂ ਇਹ ਨਾਲ অপਸ਼ਨਸ ਨੂੰ ਇੰਨਾ ਇੰਨਾ ਯੂਜ਼ ਕੀਤਾ ਤੇ ਤੁਸੀਂ ਇਹ ਰੇਟਿੰਗ স্কেল ਕੋਈ ਜ਼ਰੂਰੀ ਨਹੀਂ ਕਿ ਟੀਚਰ ਲਈ ਹੀ ਵਰਤਿਆ ਜਾਵੇ ਇਹ ਆਪਾਂ ਸਟੂਡੈਂਟ ਲਈ ਵੀ ਵਰਤ ਸਕਦੇ ਹਾਂ ਜਿਵੇਂ ਕਿ ਆਪਾਂ ਉੱਥੇ ਕੋਈ ਰੇਟਿੰਗ স্কেল ਬਣਾ ਸਕਦੇ ਹਾਂ ਕਿ ਅਸ਼ਾ ਵੀ ਇਹਦਾ ਮੈਥ ਦਾ ਜਿਹੜਾ ਸਬਜੈਕਟ ਆ ਵੀ ਇਹਦੇ ਵਿੱਚ ਇੰਨਾ ਵਧੀਆ ਪਰਫਾਰਮ ਨਹੀਂ ਕਰ ਰਿਹਾ ਸਾਇੰਸ ਦੇ ਵਿੱਚ ਵਧੀਆ ਪਰਫਾਰਮ ਕਰ ਰਿਹਾ ਵੀ ਰੇਟਿੰਗ ਸਕੇਲ ਤਾਂ ਤੁਸੀਂ ਸਮਝਦੇ ਹੋ ਨਾ ਵੀ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਵੀ ਰੇਟਿੰਗ ਸਕੇਲ ਹੈ ਜੀ ਇਹ ਬਣਾਇਆ ਜਾਂਦਾ ਹੁੰਦਾ ਸੋ ਇੱਥੇ ਆਪਣਾ ਜਿਹੜਾ ਸਹੀ ਜਵਾਬ ਸੀ অপਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ ਸੋ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਵੀ ਹੇ ਜੋ ਇਹ ਦਰਸਾਉਂਦਾ ਹੈ ਕਿ ਵਿਦਿਆਰਥੀ ਦੀ ਭਾਸ਼ਾ ਵਿੱਚ ਕੀ ਕਾਰਗੁਜ਼ਾਰੀ ਹੈ ਵੀ ਉਹਨੇ ਕੀ ਕੰਮ ਵਗੈਰਾ ਕੀਤਾ ਹੈ ਵੀ ਤੁਸੀ ਇਹ ਦੱਸਣਾ ਹੈ ਵੀ ਕਿਹੜਾ ਪੁਖਤਾ ਸਬੂਤ ਹੈ ਜੋ ਇਹ ਦਰਸਾਉਂਦਾ ਹੈ ਕਿ ਵਿਦਿਆਰਥੀ ਦੀ ਭਾਸ਼ਾ ਦੇ ਵਿੱਚ ਵੀ ਉਹਨੇ ਭਾਸ਼ਾ ਦੇ ਵਿੱਚ ਕੀ ਕੁਝ ਸਿੱਖਿਆ ਹੈ ਵੀ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੇ ਕੀ ਪ੍ਰੂਫ ਹੈ ਦਾ ਵੀ ਸਾਰਨੋਂ ਪਹਿਲੀ ਆਪਸ਼ਨ ਹੈ ਵੀ ਇਮਤਿਹਾਨ ਵਿੱਚ ਪ੍ਰਾਪਤ ਅੰਕ ਵੀ ਤੁਹਾਨੂੰ ਲੱਗਦਾ ਵੀ ਇਮਤਿਹਾਨ ਦੇ ਵਿੱਚ ਜਿਹੜੇ ਵੀ ਤੁਹਾਡੇ ਐਗਜ਼ਾਮੀਨੇਸ਼ਨ ਨੇ ਵੀ ਉਹਦੇ ਵਿੱਚ ਜਿੰਨੇ ਵੀ ਨੰਬਰ ਆ ਗਏ ਵੀ ਤੁਸੀਂ ਉਹਦੇ ਅਕੋਰਡਿੰਗ ਦੱਸ ਦਿਓ ਕਿ ਹਾਂ ਵੀ ਅੱਛਾ ਬੱਚੇ ਨੇ ਆ ਕੰਮ ਜਿਹੜਾ ਵੀ ਲੈਂਗੁਏਜ ਹੈ ਵੀ ਉਹਦਾ ਇੰਨਾ ਕੰਮ ਹੋ ਰਿਹਾ ਜਾਂ ਫਿਰ ਇੰਨਾ ਉਹਨੇ ਇੰਨਾ ਕੁ ਜਨੇ ਸਿੱਖ ਲਿਆ ਕੀ ਤੁਸੀਂ ਇਹ ਦੱਸ ਸਕਦੇ ਹੋ ਜਾਂ ਫਿਰ ਆਪਸ਼ਨ ਨੰਬਰ 2 ਵਿਦਿਆਰਥੀਆਂ ਵੱਲੋਂ ਲੇਖਣ ਤੇ ਬੋਲਣ ਲਈ ਵਰਤੀ ਗਈ ਭਾਸ਼ਾ ਇਹ ਆਪਸ਼ਨ ਨੰਬਰ 2 ਹੋ ਸਕਦਾ ਜਾਂ ਫਿਰ ਆਪਸ਼ਨ ਨੰਬਰ 3 ਰਾਸ਼ਟਰੀ ਪਾਠਕ੍ਰਮ ਅਤੇ ਪਾਠ ਪ੍ਰਣਾਲੀ ਦੀ ਸਮਝ ਜਾਂ ਫਿਰ ਆਪਸ਼ਨ ਨੰਬਰ 4 ਭਾਸ਼ਾਈ ਟਿਚ ਅਤੇ ਉਦੇਸ਼ ਬਾਰੇ ਜਾਣਨਾ ਸੋ ਦੋਸਤੋ ਇਹਨਾਂ ਦੇ ਵਿੱਚੋਂ ਦੱਸੋ ਵੀ ਕਿਹੜੀ ਆਪਸ਼ਨ ਸਹੀ ਹੋ ਸਕਦੀ ਹੈ ਸੋ ਦੋਸਤੋ ਆਪਸ਼ਨ ਨੰਬਰ ਇੱਥੇ ਜਿਹੜਾ ਤੁਹਾਡਾ ਸਹੀ ਹੈ ਉਹ ਹੈ ਆਪਸ਼ਨ ਨੰਬਰ 2 অপশন নাম্বার 2 ਹੀ ਕਿਉਂ ਸਹੀ ਆ ਜੀ ਬਾਕੀ ਦੀਆਂ অপਸ਼ਨਾਂ ਕਿਉਂ ਸਹੀ ਨਹੀਂ ਸਹੀ ਨਹੀਂ ਹੈਗੀਆਂ ਵੀ ਆਪਾਂ ਉਹਨਾਂ ਦੀ ਗੱਲ ਵੀ ਕਰ ਲੈਣੇ ਆ ਸੋ ਇੱਥੇ ਕੁਐਸਚਨ ਨੂੰ ਦੁਬਾਰਾ ਪੜੋ ਵੀ ਕੁਐਸਚਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਵੀ ਸਾਨੂੰ ਪਹਿਲਾਂ ਵੇਖੋ ਵੀ ਇਹ ਵਿਦਿਆਰਥੀ ਦੀ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ ਵੀ ਵਿੱਚ ਕੀ ਕਾਰਗੁਜ਼ਾਰੀ ਹੈ ਵੀ ਕਿਹੜਾ ਪੁਖਤਾ ਪ੍ਰਮਾਣ ਹੈ ਕਿ ਜੋ ਦਰਸਾਉਂਦਾ ਹੈ ਕਿ ਵਿਦਿਆਰਥੀ ਨੇ ਭਾਸ਼ਾ ਦੇ ਵਿੱਚ ਕੀ ਕੁਝ ਕੀਤਾ ਹੈ ਕਾਰਗੁਜ਼ਾਰੀ ਹੈ ਵੀ ਇਹਦੇ ਵਿੱਚ ਇਮਤਿਹਾਨ ਦੇ ਵਿੱਚ ਪ੍ਰਾਪਤ ਅੰਕ ਨਾਲ ਵੀ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ ਕਿ ਸਿਰਫ ਤੇ ਸਿਰਫ ਇਮਤਿਹਾਨ ਹੀ ਡਿਸਾਈਡ ਨਹੀਂ ਕਰ ਸਕਦੇ ਵੀ ਹਾਂ ਵੀ ਬੱਚੇ ਨੇ ਕਿੰਨਾ ਕੁ ਸਿੱਖਿਆ ਹੈ ਸੋ ਇਹਦਾ ਤੁਸੀਂ ਜਿਹੜਾ ਵੀ ਭਾਸ਼ਾ ਬਾਰੇ ਬੱਚੇ ਦੇ ਤੁਸੀਂ ਫੇਰ ਹੀ ਦੱਸ ਸਕਦੇ ਹੋ ਵੀ ਵਿਦਿਆਰਥੀਆਂ ਵੱਲੋਂ ਲਿਖਣ ਤੇ ਬੋਲਣ ਲਈ ਵਰਤੀ ਗਈ ਭਾਸ਼ਾ ਤੇ ਕਿਉਂਕਿ ਇਮਤਿਹਾਨ ਦੇ ਵਿੱਚ ਵੀ ਤੁਸੀਂ ਲਿਖਦੇ ਹੋ ਤੇ ਬੋਲਣ ਲੱਗੇ ਵੀ ਤੁਸੀਂ ਭਾਸ਼ਾ ਦੀ ਵਰਤੋਂ ਕਰਦੇ ਹੋ ਸੋ ਦੋਸਤੋ ਇਹਦੇ ਵਿੱਚ ਤਾਂ ਇਹ ਦੋਵੇਂ ਗੱਲਾਂ ਆ ਗਈਆਂ ਨਾ ਸੋ ਇਹੀ ਜਿਹੜਾ ਪੋਜ਼ੀਟਿਵ ਆਨਸਰ ਹੈ ਜੀ ਤੇ ਬੈਸਟ ਆਨਸਰ ਇਹੀ ਹੋਏਗਾ ਤੇ ਇੱਥੇ ਆਪਸ਼ਨ ਨੰਬਰ 3 ਕਿਉਂ ਨਹੀਂ ਹੋਏਗਾ ਕਿਉਂਕਿ ਰਾਸ਼ਟਰੀ ਪਾਠਕ੍ਰਮ ਅਤੇ ਪਾਠ ਪ੍ਰਣਾਲੀ ਦੀ ਸਮਝ ਵੀ ਇਹ ਆਪਸ਼ਨ ਤਾਂ ਗਲਤ ਹੋਏਗਾ ਤੇ ਬਾਕੀ ਭਾਸ਼ਾ ਇਹ ਟੀਚੇ ਅਤੇ ਉਦੇਸ਼ ਬਾਰੇ ਜਾਣਨਾ ਸੋ ਇਹ ਵੀ ਆਪਸ਼ਨ ਸਫੀਸ਼ੀਐਂਟ ਨਹੀਂ ਹੈਗਾ ਜਿਹੜਾ ਕਿ ਇਹ ਕੁਐਸਚਨ ਦੇ ਕਹਿ ਸਕਦੇ ਆ ਵੀ ਦੂਜੇ ਨੂੰ ਪੂਰਾ ਕਰ ਰਿਹਾ ਵੀ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਕਿਉਂਕਿ ਫੇਰੀ ਆਪਾਂ ਨੂੰ ਪਤਾ ਲੱਗ ਸਕਦਾ ਕਿ ਇਹਦੇ ਵਿੱਚ ਵਿਦਿਆਰਥੀ ਦੀ ਭਾਸ਼ਾ ਨੇ ਵੀ ਕਿੰਨਾ ਕੁਝ ਕੰਮ ਕੀਤਾ ਹੈ ਵੀ ਉਹਦੀ ਬੋਲਣ ਤੇ ਉਹ ਵਰਤੀ ਗਈ ਭਾਸ਼ਾ ਵੀ ਲਿਖ ਕੇ ਜੋ ਕੁਝ ਵੀ ਆਪਾਂ ਉਹਨੂੰ ਵੇਖ ਕੇ ਹੀ ਆਬਜ਼ਰਵ ਕਰਕੇ ਹੀ ਦੱਸ ਸਕਦੇ ਆ ਸੋ ਆਪਸ਼ਨ ਨੰਬਰ 2 ਜੀ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ ਸੋ ਚੱਲਦੇ ਆ ਅਜਲੇ ਆਪਣੇ ਨੈਕਸਟ ਕੁਐਸਚਨ ਤੇ ਇਹ ਵਾਈ ਗੋਟਸਕੀ ਦਾ ਕੁਐਸਚਨ ਹੈ ਜੀ ਵਾਈਗੋਟਸਕੀ ਹੋਰ ਵੀ ਕਾਫੀ ਗੱਲਾਂ ਕਰਦੇ ਸਕੇ ਜਿਵੇਂ ਕਿ ਸਮਾਜ ਦੀ ਗੱਲ ਕਰਦੇ ਸਕੇ ਤੁਹਾਨੂੰ ਯਾਦ ਹੀ ਹੋਊਗਾ ਵੀ ਇਹ ਕੁਐਸਚਨ ਵੀ ਕਾਫੀ ਵਾਰ ਰਿਪੀਟ ਹੋ ਗਿਆ ਸੀ ਸੋ ਇੱਥੇ ਗੱਲ ਕੀ ਕੀਤੀ ਜਾ ਰਹੀ ਹੈ ਵੀ ਵਾਈਗੋਟਸਕੀ ਦੇ ਸਕੈਫੋਲਡਿੰਗ ਹਾਈਪੋਥੈਸਿਸ ਅਨੁਸਾਰ ਵੀ ਨਾ ਇਹਨਾਂ ਨੇ ਇੱਕ ਥਿਊਰੀ ਦਿੱਤੀ ਸੀਗੀ ਸਕੈਫੋਲਡਿੰਗ ਵਾਲੀ ਵੀ ਉਹਦੇ ਵਿੱਚ ਹਾਈਪੋਥੈਸਿਸ ਅਨੁਸਾਰ ਇੱਕ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਭਾਸ਼ਾ ਸਿੱਖਿਆਰਤਿਆਂ ਨੂੰ ਜੋੜਿਆਂ ਵਿੱਚ ਸਮੂਹਾਂ ਵਿੱਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰੇ ਜਿਵੇਂ ਵੀ ਇੱਥੇ ਗੱਲ ਪੁੱਛੀ ਜਾ ਰਹੀ ਹੈ ਵੀ ਦੱਸੋ ਵੀ ਇਹ ਕੀ ਇਹਦਾ ਆਨਸਰ ਹੋ ਸਕਦਾ ਹੈ ਕੁਐਸਚਨ ਨੂੰ ਆਪਾਂ ਦੁਬਾਰ ਵੀ ਵਾਈ ਗੋਟਸਕੀ ਦੇ ਸਕੈਫੋਲਡਿੰਗ ਹਾਈਪੋਥੈਸਿਸ ਅਨੁਸਾਰ ਇੱਕ ਜਿਹੜਾ ਟੀਚਰ ਹੈ ਵੀ ਉਹਨੂੰ ਕੀ ਚਾਹੀਦਾ ਹੈ ਕਿ ਉਹ ਭਾਸ਼ਾ ਸਿੱਖਿਆਰਥੀਆਂ ਨੂੰ ਵੀ ਜਿਹੜੇ ਵੀ ਸਟੂਡੈਂਟ ਨੇ ਲੈਂਗੁਏਜ ਲਰਨਰ ਨੇ ਵੀ ਸਿੱਖਿਆਰਥੀਆਂ ਨੂੰ ਜੋੜਿਆ ਅਤੇ ਸਮੂਹਾ ਵਿੱਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰੇ ਜਿਵੇਂ ਇਹਦਾ ਆਪਸ਼ਨ ਤੁਸੀਂ ਹੁਣ ਕੁਐਸਚਨ ਪੜ੍ਹ ਲਿਆ ਹੁਣ ਆਪਸ਼ਨ ਪੜ੍ਹ ਲੈਣੇ ਆ ਇਹ ਇੱਕ ਅਧਿਆਪਨ ਵਾਸਤੇ ਕਾਰਜ ਦੇ ਪ੍ਰਬੰਧਨ ਲਈ ਸੁਖਾਲਾ ਹੈ ਜਾਂ ਫਿਰ ਆਪਸ਼ਨ ਨੰਬਰ 2 ਵਿਦਿਆਰਥੀਆਂ ਵਿਚਕਾਰ ਆਪਸੀ ਚਰਚਾ ਅ ਅਧਿਆਪਕ ਨੂੰ ਤਣਾਅ ਮੁਕਤ ਕਰਨ ਵਿੱਚ ਸਹਾਇੀ ਹੁੰਦੀ ਹੈ ਜਾਂ ਫਿਰ ਆਪਸ਼ਨ ਨੰਬਰ 3 ਵੀ ਸਮਾਜਿਕ ਚਰਚਾ ਮਲਵਾਨ ਸਾਧਨ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਸਿਖਲਾਈ ਹੁੰਦੀ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਅਜੇ ਹੀ ਸਮਾਜਿਕ ਚਰਚਾ ਸਿਖਿਆਰਥੀਆਂ ਨੂੰ ਇੱਕ ਭਾਸ਼ਾ ਦੀ ਸਿਖਲਾਈ ਤੋਂ ਵਿਚਲਿਤ ਕਰਦੀ ਹੈ ਸੋ ਦੋਸਤੋ ਦੱਸੋ ਵੀ ਇੱਥੇ ਕਿਹੜਾ ਜਿਹੜਾ ਆਪਸ਼ਨ ਹੈ ਵੀ ਉਹ ਸਹੀ ਹੋ ਸਕਦੀ ਹੈ ਵੀ ਆਪਸ਼ਨ ਹੈ ਵੀ ਦੱਸੋ ਕਿਹੜੀ ਆਪਸ਼ਨ ਸਹੀ ਹੈ ਇਹਨਾਂ ਦੇ ਵਿੱਚੋਂ ਜੇ ਵਾਈਗੋਟਸਕੀ ਤੇ ਸਕੈਫੋਲਡਿੰਗ ਹਾਈਪੋਥੈਸਿਸ ਅਨੁਸਾਰ ਇੱਕ ਅਧਿਆਪਕ ਨੂੰ ਚਾਹੀਦਾ ਹੈ ਉਹ ਸਿਖਿਆਰਥੀਆਂ ਨੂੰ ਭਾਸ਼ਾ ਸਿਖਿਆਰਥੀਆਂ ਨੂੰ ਜੋੜਿਆ ਅਤੇ ਸਮੂਹਾ ਵਿੱਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰੇ ਜਿਵੇਂ ਜਿਵੇਂ ਸਮਾਜਿਕ ਚਰਚਾ ਮੁੱਲਵਾਨ ਸਾਧਨ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਸਿੱਖਲਾਈ ਹੁੰਦੀ ਹੈ ਸੋ ਦੋਸਤੋ ਆਪਸ਼ਨ ਨੰਬਰ 3 ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਕਿ ਸਮਾਜ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਵੀ ਸਮਾਜਿਕ ਚਰਚਾ ਮੁੱਲਵਾਨ ਹੁੰਦੀ ਹੈ ਨਾਲੇ ਇਹ ਤਾਂ ਤੁਸੀਂ ਇਹ ਵੀ ਗੱਲ ਸਮਝੋ ਵੀ ਜਿਹੜੇ ਵਾਈਗੋਟਸਕੀ ਸਗੇ ਇਹ ਵੈਸੇ ਵੀ ਸਮਾਜ ਦੀ ਬਹੁਤ ਗੱਲ ਕਰਦੇ ਹੁੰਦੇ ਸੀ ਤੇ ਇਹਨਾਂ ਦੀ ਇੱਕ ਜਿਹੜੀ ਆ ਸਕੈਫੋਲਡਿੰਗ ਵਾਲੀ ਥਿਊਰੀ ਸੀਗੀ ਮੈਂ ਇਹ ਵੀ ਤੁਹਾਨੂੰ ਐਕਸਪਲੇਨ ਕਰ ਦਿੰਨਾ ਸੋ ਦੋਸਤੋ ਵਾਈਗੋਟਸਕੀ ਦੀ ਥਿਊਰੀ ਸੀਗੀ ਜਿਹੜੀ ਇਦੇ ਵਿੱਚ ਕੀ ਗੱਲ ਕਰਦੇ ਸੀਗੇ ਕਿ ਇੱਕ ਬੱਚਾ ਹੈ ਉਹ ਕਿਵੇਂ ਸਿੱਖਦਾ ਹੈ ਜਿਵੇਂ ਮੰਨ ਕੇ ਚੱਲੋ ਵੀ ਇੱਥੇ ਤਿੰਨ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦੀ ਹੈ ਸਕੈਫੋਲਡਿੰਗ ਜਿਵੇਂ ਤੁਸੀਂ ਵੇਖ ਲਓ ਇੱਕ ਤਾਂ ਹੁੰਦੀ ਹੈ ਸਕੈਫੋਲਡਿੰਗ ਇੱਕ ਤਾਂ ਹੁੰਦਾ ਹੈ ਕਹਿ ਸਕਦੇ ਆ ਵੀ ਪ੍ਰੋਕਸੀਮਲ ਡਿਵੈਲਪਮੈਂਟ ਹੁੰਦਾ ਹੈ ਜੀ ਸੋ ਇਹਨਾਂ ਦੀ ਥਿਊਰੀ ਅਕੋਰਡਿੰਗ ਇੱਥੇ ਤੁਹਾਨੂੰ ਨਾ ਇੱਕ ਸਕੈਫੋਲਡਿੰਗ ਜੀਪੀਡੀ ਤੇ ਐਮਕੇਡੀ ਵੀ ਇਹਨਾਂ ਦਾ ਮਤਲਬ ਕੀ ਹੈ ਜੀ ਸਕੈਫੋਲਡਿੰਗ ਜੀਪੀਡੀ ਦਾ ਮਤਲਬ ਇਹ ਹੈ ਵੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਤੇ ਐਮਕੇਡੀ ਦਾ ਕੀ ਮਤਲਬ ਹੈ ਜੀ ਮੋਰ ਨੋਲੇਜੇਬਲ ਅਦਰ ਮੋਰ ਨੋਲੇਜੇਬਲ ਅਦਰ ਜ਼ੋਨੋ ਪ੍ਰੋਕਸਿਮਲ ਡਿਵੈਲਪਮੈਂਟ ਤੇ ਦੋਸਤੋ ਇਹ ਤਿੰਨੇ ਚੀਜ਼ਾਂ ਹੁੰਦੀਆਂ ਨੇ ਵੀ ਇਹ ਡਿਵੈਲਪਮੈਂਟ ਵਾਲੀ ਥਿਉਰੀਆ ਬੈਗੋਟਸਕੀ ਦੀ ਸੋ ਇੱਥੇ ਕਿਹੜੀ ਗੱਲ ਕੀਤੀ ਗਈ ਆ ਵੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਇੱਕ ਸਟੂਡੈਂਟ ਹੁੰਦਾ ਜਿਵੇਂ ਇੱਕ ਬੱਚਾ ਹੁੰਦਾ ਕਿੱਡ ਹੁੰਦਾ ਵੀ ਉਹਦੇ ਵਿੱਚ ਕੀ ਹੁੰਦਾ ਵੀ ਜਿਵੇਂ ਮੰਨ ਕੇ ਚੱਲੋ ਵੀ ਤੁਸੀਂ ਇੱਕ ਨਾ ਉਹਨੇ ਬਾਈਸਾਈਕਲ ਚਲਾਉਣੀ ਆ ਇੱਕ ਸਾਈਕਲ ਚਲਾਉਣੀ ਆ ਉਹਨੇ ਸੋ ਉੱਥੇ ਜਦੋਂ ਵੀ ਉਹਨੇ ਸਾਈਕਲ ਚਲਾਉਣੀ ਆ ਵੀ ਉਹ ਕੀ ਕਰੇਗਾ ਵੀ ਜਦੋਂ ਵੀ ਉਹ ਸਾਈਕਲ ਚਲਾ ਰਿਹਾ ਮੰਨ ਕੇ ਚੱਲੋ ਵੀ ਉਹਨੂੰ ਤੁਸੀਂ ਕੀ ਕਰਦੇ ਹੋ ਉਹਨੂੰ ਤੁਸੀਂ ਨਾ ਇੱਕ ਹੈਲਪ ਦੇ ਰਹੇ ਹੋ ਹੈਲਪ ਟਾਈਪ ਆ ਵੀ ਉਹਨੂੰ ਦਾ ਇੱਕ ਤੁਸੀਂ ਪਿੱਛੇ ਫੜ ਕੇ ਰੱਖਿਆ ਹੋਇਆ ਵੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਉਹ ਇੱਕ ਸਕੈਫੋਲਡਿੰਗ ਦੇ ਰਹੇ ਹੋ ਕੀ ਦੇ ਰਹੇ ਹੋ ਅਸੀਂ ਤੁਸੀਂ ਤੁਸੀਂ ਉਹਨੂੰ ਸਕੈਫੋਲਡਿੰਗ ਦੇ ਰਹੇ ਹੋ ਤੇ ਦੋਸਤੋ ਤੁਸੀਂ ਕੀ ਹੋ ਜਿਹੜੇ ਤੁਸੀਂ ਜਿਹੜਾ ਪਰਸਨ ਉਹਨੂੰ ਹੈਲਪ ਦੇ ਰਿਹਾ ਉਹ ਕੀ ਹੈ ਜੀ ਉਹ ਹੈ ਨੋ ਐਮਕੇਓ ਵੀ ਮੋਰ ਨੋਲੇਜੇਬਲ ਅਦਰ ਹੈ ਤੇ ਜਿੰਨਾ ਬੱਚਾ ਜਿਵੇਂ ਕਿ ਪਹਿਲਾਂ ਉਹ ਸਾਈਕਲ ਨਹੀਂ ਚਲਾ ਸਕਦਾ ਸੀ ਬਟ ਜਦੋਂ ਤੁਸੀਂ ਉਹਨੂੰ ਹੈਲਪ ਕੀਤੀ ਵੀ ਉਹ ਕੀ ਕਰ ਸਕਦਾ ਹੈ ਉਹ ਸਾਈਕਲ ਚਲਾ ਸਕਦਾ ਇਹਨੂੰ ਆਪਾਂ ਕਹਿੰਦੇ ਆ ਜੀ ਜੈਡ ਪੀਡੀ ਜ਼ੋਨ ਆਫ ਪ੍ਰੋਕਸਿਮਲ ਡਵੈਲਪਮੈਂਟ ਇਹਨੂੰ ਆਪਾਂ ਕੀ ਕਹਿੰਦੇ ਆ ਜੀ ਇਹਨੂੰ ਆਪਾਂ ਕਹਿੰਦੇ ਆ ਜੋਨ ਆਫ ਪ੍ਰੋਕਸੀਮਲ ਡਵੈਲਪਮੈਂਟ ਇਹ ਮੈਂ ਤੁਹਾਨੂੰ ਐਵੇਂ ਨਹੀਂ ਦੱਸ ਰਿਹਾ ਇਹ ਵਾਰ-ਵਾਰ ਕੁਐਸਚਨ ਦੇ ਵਿੱਚੋਂ ਇਹ ਜਿਹੜੇ ਵੀ ਤੁਹਾਡੇ ਪ੍ਰੀਵियस ইয়ার ਨੇ ਇਹਦੇ ਵਿੱਚੋਂ ਸੇਮ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਤੁਸੀਂ ਧਿਆਨ ਨਾਲ ਸੁਣ ਲਓ ਵੀ ਇੱਥੇ ਤਿੰਨ ਪਾਰਟ ਹੁੰਦੇ ਨੇ ਇਹ ਜਿਹੜਾ ਵੀ ਵੈਗੋਟਸਕੀ ਦੀ ਜਿਹੜੀ ਇਹ ਥਿਊਰੀ ਆ ਵਿਦੇ ਵਿੱਚ ਤੁਸੀਂ ਯਾਦ ਕਰ ਲਿਓ ਸਕੈਫੋਲਡਿੰਗ ਕੀ ਹੁੰਦਾ ਹੈ ਜੀਡੀਪੀਡੀ ਕੀ ਹੁੰਦਾ ਹੈ ਜਿਵੇਂ ਐਮਕੇਡੀ ਐਮਕੇਓ ਸੌਰੀ ਐਮਕੇਓ ਇਹ ਕੀ ਹੁੰਦਾ ਹੈ ਵੀ ਇਹ ਜਿਹੜਾ ਪਰਸਨ ਵੀ ਜਿਹੜਾ ਉਹਨੂੰ ਹੈਲਪ ਸਟੂਡੈਂਟ ਨੂੰ ਸਾਈਕਲ ਚਲਾਉਂਦੇ ਟਾਈਮ ਵੀ ਜਿਹੜਾ ਵੀ ਉਹਨੂੰ ਹੈਲਪ ਕਰ ਰਿਆ ਜੜਪੀਡੀ ਕੀ ਹੈ ਜੀ ਉਹ ਜਿਹੜਾ ਪਹਿਲਾਂ ਬੱਚਾ ਨਹੀਂ ਕਰ ਸਕਦਾ ਸੀ ਉਹ ਥੋੜੀ ਜੀ ਹੈਲਪ ਮਿਲਣ ਕਰਕੇ ਉਹ ਹੀ ਉਹਨਾਂ ਕਰ ਪਾ ਰਿਹਾ ਉਹ ਕੀ ਹੈ ਜੀ ਉਹ ਜੜਪੀਡੀ ਹੈ ਤੇ ਸਕੈਫੋਲਡਿੰਗ ਕੀ ਹੈ ਜੀ ਉਹ ਜਿਹੜੀ ਟੈਂਪਰਰੀ ਹੈਲਪ ਦਿੱਤੀ ਜਾ ਰਹੀ ਹੈ ਨਾ ਬੱਚੇ ਨੂੰ ਜਿਵੇਂ ਮੰਨ ਕੇ ਚੱਲੋ ਵੀ ਤੁਸੀਂ ਕੋਈ ਉਹਨੂੰ ਕੰਮ ਕਰਨ ਨੂੰ ਕਿਹਾ ਵੀ ਤੁਸੀਂ ਉਹਨੂੰ ਥੋੜਾ ਜਿਹਾ ਹਿੰਟ ਦੇ ਦਿੱਤਾ ਮੈਥ ਦਾ ਕੋਈ ਦੂਜਾ ਸੀ ਕੋਈ ਉਹਨੂੰ ਹੋਮਵਰਕ ਮਿਲਿਆ ਸੀ ਤੁਸੀਂ ਉਹਨੂੰ ਥੋੜਾ ਜਿਹਾ ਹਿੰਟ ਦੇ ਦਿੱਤਾ ਤੇ ਉਹਨੇ ਸਾਰਾ ਹੋਮਵਰਕ ਆਪ ਹੀ ਕਰ ਲਿਆ ਸੋ ਕੀ ਉਹ ਕੀ ਹੈ ਜੀ ਉਹ ਜੜਪੀਡੀ ਹੈ temporary help scaffolding ਹੈ mko ਕੀ ਹੈ ਜੀ ਇਹ ਤੁਸੀਂ ਉਹ ਵੀ ਜਿਹੜੀ ਉਹਨੂੰ ਤੁਸੀਂ ਇਹ ਟੈਂਪਰੇਰੀ ਹੈਲਪ ਨਹੀਂ ਮਤਲਬ ਕਿ ਤੁਸੀਂ ਸਭ ਕੋ ਜਾਣਦੇ ਹੋ ਨਾ ਵੀ ਤੁਸੀਂ ਆਪਦੇ ਆਪ ਨੂੰ ਕਹਿ ਸਕਦੇ ਹੋ ਵੀ ਮੈਂ ਮੋਰ ਨੋਲੇਜੇਬਲ ਅਦਰ ਹਾਂ ਸੋ ਹੋਪ ਆਫ ਦੋਸਤੋ ਵੀ ਤੁਹਾਨੂੰ ਇਹ ਆਪਸ਼ਨ ਵੀ ਸਮਝ ਲੱਗੀ ਹੋਣੀ ਆ ਸੋ ਚੱਲਦੇ ਆ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਵੀ ਭਾਸ਼ਾ ਦੀ ਪੜਾਈ ਵਿੱਚ ਇਹਨਾਂ ਦੀਆਂ ਭਾਸ਼ਾ ਦੀ ਪੜਾਈ ਵਿੱਚ ਦੀਆਂ ਮੁੱਢਲੀਆਂ ਧੁਨੀਆਂ ਤੇ ਉਹਨਾਂ ਦੇ ਮਿਸ਼ਰਣ ਦੀ ਬਜਾਏ ਸਧਾਰਨ ਵਾਕਾਂ ਤੋਂ ਸ਼ੁਰੂ ਹੁੰਦੀ ਹੈ ਵੀ ਇਸ ਦਾ ਕੀ ਭਾਵ ਹੈ ਵੀ ਜਿਹੜੀ ਭਾਸ਼ਾ ਦੀ ਜਿਹੜੀ ਪੜਾਈ ਹੈ ਦੇਖਾ ਦੋਸਤੋ ਵੀ ਇਹਦੀਆਂ ਮੋਡਲੀਆਂ ਧੁਨੀਆਂ ਅਤੇ ਉਹਨਾਂ ਦੀ ਮਿਸ਼ਰਣ ਦੀ ਬਜਾਏ ਵੀ ਜਿਹੜੇ ਸਧਾਰਨ ਵਾਕ ਹੁੰਦੇ ਨੇ ਵੀ ਉਹਨਾਂ ਤੋਂ ਸ਼ੁਰੂ ਹੁੰਦੇ ਨੇ ਵੀ ਇਹਦਾ ਕੀ ਮਤਲਬ ਹੈ ਜੀ ਕਿਉਂ ਹੁੰਦਾ ਹੈ ਵੀ ਇੱਥੇ ਸੰਚਾਰ ਮੁਕੰਮਲ ਵਾਕਾਂ ਉੱਪਰ ਆਧਾਰਿਤ ਹੁੰਦਾ ਹੈ ਜਾਂ ਫਿਰ ਉਚਾਰਨ ਦੀ ਭਾਸ਼ਾ ਦੀ ਗ੍ਰੰਠਸ਼ੀਲਤਾ ਵਿੱਚ ਕੋਈ ਥਾਂ ਨਹੀਂ ਹੈ ਜਾਂ ਫਿਰ ਵਿਆਕਰਣ ਤੇ ਉਚਾਰਨ ਦੀ ਭਾਸ਼ਾ ਦੀ ਸਿਖਲਾਈ ਵਿੱਚ ਬਰਾਬਰ ਦੀ ਥਾਂ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਵਿਆਕਰਣ ਸੰਚਾਰ ਦਾ ਇੱਕ ਮਹੱਤਵਪੂਰਨ ਆਧਾਰ ਹੈ ਸੋ ਦੋਸਤੋ ਭਾਸ਼ਾ ਦੀ ਪੜ੍ਹਾਈ ਦੇ ਵਿੱਚ ਵੀ ਲੈਂਗੁਏਜ ਦੀ ਪੜ੍ਹਾਈ ਹੈ ਵੀ ਇਹਦੇ ਵਿੱਚ ਜਿਹੜੀਆਂ ਮੋਡਲੀਆਂ ਧੁਨੀਆਂ ਹੁੰਦੀ ਅਤੇ ਉਹਨਾਂ ਦਾ ਮਿਸ਼ਰਣ ਦੀ ਬਜਾਏ ਵੀ ਉਹਨਾਂ ਦੇ ਮਿਸ਼ਰਣ ਦੀ ਬਜਾਏ ਵੀ ਤੁਸੀਂ ਸਿੱਧਾ ਵਾਕਾ ਤੋਂ ਹੀ ਲੈਂਗੁਏਜ ਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਵੀ ਇਹਦਾ ਕੀ ਮਤਲਬ ਹੈ ਜੀ ਕਿਉਂਕਿ ਜਿਹੜਾ ਵੀ ਤੁਸੀਂ ਸੰਚਾਰ ਹੈ ਵੀ ਜਿਹੜਾ ਵੀ ਤੁਸੀਂ ਸੰਚਾਰ ਮੁਕੰਮਲ ਕਰਨਾ ਹੈ ਵੀ ਇਹਦੇ ਲਈ ਕੀ ਹੋਊਗਾ ਜੀ ਇਹਦੇ ਲਈ ਵਾਕਾਂ ਉੱਪਰ ਆਧਾਰਿਤ ਹੁੰਦਾ ਹੈ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਗੱਲਬਾਤ ਕੋਈ ਸਮਝਾਉਣੀ ਹੈ ਵੀ ਤੁਸੀਂ ਕੀ ਕਰੋਗੇ ਵੀ ਉਹ ਵਾਕਾਂ ਦੇ ਉੱਤੇ ਹੀ ਕਰੋਗੇ ਜਿਹੜੇ ਵੀ ਤੁਸੀਂ ਆਪ ਦੀ ਗੱਲਬਾਤ ਸਮਝਾਉਣੀ ਹੈ ਵੀ ਭਾਸ਼ਾ ਦੀ ਪੜਾਈ ਵਿੱਚ ਦਿਆਂ ਜਿਹੜੀਆਂ ਮੋਢਲੀਆਂ ਧੁਨੀਆਂ ਹੁੰਦੀਆਂ ਵੀ ਉਹਨਾਂ ਦਾ ਮਿਸ਼ਰਣ ਦੀ ਬਜਾਏ ਸਧਾਰਨ ਵਾਕਾਂ ਤੋਂ ਸ਼ੁਰੂ ਹੁੰਦੀ ਆ ਇਹਦਾ ਮਤਲਬ ਇਹੀ ਹੈ ਵੀ ਸੰਚਾਰ ਮੁਕੰਮਲ ਵਾਕਾਂ ਉਪਰ ਉਧਾਰਿਤ ਹੁੰਦਾ ਹੈ ਸੋ ਦੋਸਤੋ ਆਪਸ਼ਨ ਨੰਬਰ ਜਿਹੜਾ ਫਰਸਟ ਹੈ ਜੀ ਉਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ ਬਾਕੀ ਦੇ ਆਪਸ਼ਨ ਹੋਣਗੇ ਜੀ ਉਹ ਗਲਤ ਹੋ ਜਾਣਗੇ ਸੋ ਚੱਲਦੇ ਆ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਦੇਖਦੇ ਆ ਕੁਐਸਚਨ ਨੰਬਰ 132 ਵੀ 7ਵੀਂ ਜਮਾਤ ਦਾ ਅਧਿਆਪਕ ਜਿਹੜਾ ਹੈ ਵੀ ਉਹ ਦ੍ਰਿਸ਼ਾ ਰਾਹੀ ਵੀ ਦ੍ਰਿਸ਼ਾ ਰਾਹੀ ਸੌਰੀ ਉਹ ਕੀ ਕਰ ਰਿਹਾ ਜੀ ਸਿੱਖਣ ਵਾਲੇ ਸਿਖਿਆਰਥੀਆਂ ਲਈ YouTube ਇਥੇ ਲਿਖਿਆ ਹੋਇਆ ਜੀ ਦੀ ਵਰਤੋਂ ਕਰਦਾ ਹੈ ਸੁਣਨ ਸੇਲ ਸਖਿਆਰਥੀਆਂ ਲਈ ਵੀ ਉਹ ਕੀ ਕਰਦਾ ਹੈ ਸਵਰਨਮੂਲਕ ਰਿਕਾਰਡਿੰਗ ਦਾ ਇਸਤੇਮਾਲ ਕਰਦਾ ਹੈ ਅਤੇ ਗੱਡੀ ਬੋਧਕ ਵੀ ਕਹਿੰਦਾ ਸਥੈਟਿਕ ਸਖਿਆਰਥੀਆਂ ਲਈ ਪ੍ਰਤੀਕਿਰਿਆਤਮਕ ਖੇਡਾਂ ਦੀ ਵਰਤੋਂ ਕਰਦਾ ਹੈ ਤੇ ਸਮੁੱਚੇ ਮਲਟੀਮੀਡੀਆ ਦੀ ਵਰਤੋਂ ਰਾਹੀਂ ਅਧਿਆਪਕ ਸਖਿਆਰਥੀਆਂ ਦੀ ਕਿਹੜੀ ਲੋੜ ਪੂਰੀ ਕਰਦਾ ਹੈ ਵੀ ਇਹ ਪੁੱਛਿਆ ਜਾ ਰਿਹਾ ਤੁਹਾਨੂੰ ਵੀ ਇੱਕ ਅਧਿਆਪਕ ਹੈ ਵੀ ਕੋਈ ਕਲਾਸ ਦੇ ਵਿੱਚ ਕੁਝ ਇਹੋ ਜਿਹੇ ਬੱਚੇ ਹੋਣਗੇ ਜਿਨ੍ਹਾਂ ਨੂੰ ਕਹਿ ਸਕਦੇ ਆ ਵੀ ਕੁਝ ਕਈਆਂ ਨੂੰ ਸੁਣਨ ਦੇ ਵਿੱਚ ਪ੍ਰੋਬਲਮ ਹੋਵੇ ਜਾਂ ਫਿਰ ਕਈਆਂ ਨੂੰ ਵੇਖਣ ਦੇ ਵਿੱਚ ਪ੍ਰੋਬਲਮ ਹੋਵੇ ਸੋ ਇਹ ਕੀ ਕਲ ਕੀਤੀ ਕੀ ਕੀ ਕੀਤੀ ਜਾ ਰਹੀ ਆ ਵੀ ਉਹਨਾਂ ਨੂੰ ਨਾ ਵੀ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਵਰਤੋਂ ਆ ਵੀ ਜਿਹੜਾ ਮਲਟੀਮੀਡੀਆ ਹੈ ਵੀ ਇਹਦੀ ਵਰਤੋਂ ਕਰਕੇ ਉਹਨਾਂ ਦੇ ਬੱਚਿਆਂ ਦੀ ਲੋੜ ਹੈ ਵੀ ਉਹ ਪੂਰੀ ਕੀਤੀ ਜਾ ਰਹੀ ਆ ਸੋ ਦੋਸਤੋਂ ਵੀ ਉਹ ਕਿਹੜੀ ਲੋੜਾਂ ਨੂੰ ਪੂਰੀ ਕਰ ਰਿਆ ਉਹ ਭਾਸ਼ਾਈ ਪੈਂਤਾ ਦੀ ਸਿੱਖਿਆ ਸ਼ੈਲੀਆਂ ਦੀ ਸਿੱਖਿਆ ਜੋ ਅਯੋਗਤਾਵਾਂ ਦੀ ਜਾਂ ਤਾਂ ਫਿਰ ਉਹ ਪ੍ਰਮਾਣਿਕ ਸਮਗਰੀ ਦੀ ਸੋ ਦੋਸਤੋਂ ਦੱਸੋ ਵੀ ਇਹ ਦਾ ਜਿਹੜਾ ਕਿਹੜਾ ਆਪਸ਼ਨ ਹੈ ਵੀ ਉਹ ਸਹੀ ਹੋ ਸਕਦਾ ਹੈ ਸੋ ਦੋਸਤੋਂ ਇਥੇ ਜੇ ਗੱਲ ਕੀਤੀ ਜਾਵੇ ਵੀ ਇਹ a टीचिंग ਐਪਟੀਟਿਊਡ ਦਾ ਕੁਐਸਚਨ ਹੈ ਸੋ ਮੰਨ ਕੇ ਚੱਲੋ ਵੀ ਜੇ ਤੁਸੀਂ ਐਜ਼ ਅ ਟੀਚਰ ਕਲਾਸ ਦੇ ਵਿੱਚ ਕੰਮ ਕਰ ਰਹੇ ਹੋ ਤੇ ਤੁਸੀਂ ਮਲਟੀਮੀਡੀਆ ਸਾਧਨਾ ਦੀ ਵਰਤੋਂ ਕਰ ਰਹੇ ਹੋ ਇੱਥੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਵੇਖ ਨਹੀਂ ਸਕਦੇ ਜਾਂ ਫਿਰ ਕੋਈ ਵੀ ਪ੍ਰੋਬਲਮ ਹੋ ਸਕਦੀ ਆ ਸੋ ਇੱਥੇ ਤੁਸੀਂ ਉਹਨਾਂ ਦੀ ਜੇ ਹੈਲਪ ਕਰ ਰਹੇ ਹੋ ਵੀ ਮਲਟੀਮੀਡੀਆ ਦੀ ਵਰਤੋਂ ਕਰਕੇ ਸੋ ਤੁਸੀਂ ਕੀ ਕਰ ਰਹੇ ਹੋ ਵੀ ਸਿੱਖਾ ਸ਼ੈਲੀਆਂ ਦੀ ਉਹਨਾਂ ਦੀ ਜਿਹੜੀਆਂ ਲੋੜਾਂ ਹੈਗੀਆਂ ਜੀ ਉਹ ਉਹਨਾਂ ਨੂੰ ਤੁਸੀਂ ਪੂਰਾ ਕਰ ਰਹੇ ਹੋ ਕਿਉਂਕਿ ਗੱਲਾਂ ਦਾ ਜਿਵੇਂ ਤੁਸੀਂ ਉਹਨਾਂ ਨੂੰ ਸਮਝਾ ਰਹੇ ਹੋ ਵੀ ਫਿਰ ਉਹਨਾਂ ਨੂੰ ਸਮਝ ਲੱਗ ਜਾਣਗੀਆਂ ਨਾ ਵਿਸ਼ੇਕ ਜਰਨੀਆਂ ਸ਼ੈਲੀਆਂ ਨੇ ਵੀ ਤੁਸੀਂ ਉਹਨਾਂ ਦੀ ਵਰਤੋਂ ਕਰਕੇ ਉਹਨਾਂ ਬੱਚਿਆਂ ਨੂੰ ਸਮਝਾ ਰਹੇ ਹੋ ਠੀਕ ਹੈ ਦੋਸਤੋ ਜੜਾ ਵੀ ਟੀਚਿੰਗ ਐਪਟੀਟਿਊਡ ਹੈ ਵੀ ਉਹਦੇ ਵਿੱਚ ਵੀ ਮਲਟੀਮੀਡੀਆ ਦੀ ਵਰਤੋਂ ਕਰਕੇ ਵੀ ਬੱਚਿਆਂ ਨੂੰ ਪੜਾ ਰਹੇ ਹੋ ਸੋ ਦੋਸਤੋ ਆਪਸ਼ਨ ਨੰਬਰ ਜਿਹੜਾ 2 ਹੈ ਜੀ ਉਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੋਏਗਾ ਸੋ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਵੀ ਭਾਸ਼ਾ ਵਿਗਿਆਨੀਆਂ ਦੇ ਦ੍ਰਿਸ਼ਟੀਕੋਣ ਅਨੁਸਾਰ ਭਾਸ਼ਾ ਦੇ ਅਧਿਆਪਕ ਨੂੰ ਬੱਚਿਆਂ ਦੀਆਂ ਗਲਤੀਆਂ ਵੇਖਣੀਆਂ ਚਾਹੀਦੀਆਂ ਹਨ ਸੋ ਦੱਸੋ ਵੀ ਇੱਥੇ ਕਿਹੜਾ ਆਪਸ਼ਨ ਹੈ ਜੀ ਉਹ ਤੁਹਾਡਾ ਸਹੀ ਹੋ ਸਕਦਾ ਹੈ ਸੋ ਭਾਸ਼ਾ ਵਿਗਿਆਨੀਆਂ ਦੇ ਵੀ ਦ੍ਰਿਸ਼ਟੀਕੋਣ ਅਨੁਸਾਰ ਵੀ ਉਹਨਾਂ ਦੇ ਵਿਊ ਦੇ ਅਕੋਰਡਿੰਗ ਵੀ ਜਿਹੜੀ ਭਾਸ਼ਾ ਦੇ ਅਧਿਆਪਕ ਨੇ ਉਹਨਾਂ ਨੂੰ ਬੱਚਿਆਂ ਦੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਜਿਉਂ ਵੇਖਣੀਆਂ ਚਾਹੀਦੀਆਂ ਹਨ ਕਿਉਂ ਸਿੱਖਿਆ ਵਿੱਚ ਇੱਕ ਰੁਕਾਵਟ ਵਜੋਂ ਵੀ ਕਿਵੇਂ ਵੇਖਣੀਆਂ ਚਾਹੀਦੀਆਂ ਵੀ ਇੱਕ ਉਹਨੂੰ ਬੈਰੀਅਰ ਟਾਈਪ ਵੇਖਿਆ ਜਾਵੇ ਜਾਂ ਫਿਰ ਸਿੱਖਿਆ ਦਾ ਇੱਕ ਹਿੱਸਾ ਜੋ ਚਿੰਤਨ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਵੀ ਚਿੰਤਨ ਕੀ ਹੁੰਦਾ ਜਿਵੇਂ ਕਿ ਰੀਜ਼ਨਿੰਗ ਵਗੈਰਾ ਕਰਨਾ ਉਹ ਇਹੋ ਜੀ ਦ੍ਰਿਸ਼ਟੀ ਉਹਨਾਂ ਨੂੰ ਪ੍ਰਦਾਨ ਕਰੇ ਜਾਂ ਫਿਰ ਗਲਤੀਆਂ ਦੇ ਦੌਰਾਨ ਨੂੰ ਰੋਕਣ ਲਈ ਗਲਤੀਆਂ ਦਾ ਜੱਕ ਦਾ ਦ੍ਰਿਸ਼ਟੀ ਜਾਂ ਫਿਰ অপਸ਼ਨ ਨੰਬਰ 4 ਵੀ ਸਖਲਾਈ ਵਿੱਚ ਉਹਨਾਂ ਦੇ بے ਧਿਆਨੀ ਜਿਸ ਉੱਪਰ ਫੌਰੀ ਧਿਆਨ ਦੇਣਾ ਚਾਹੀਦਾ ਹੈ ਸੋ ਦੋਸਤੋ ਦੱਸੋ ਵੀ ਇੱਥੇ ਜਿਹੜਾ ਕਿਹੜੀ অপਸ਼ਨ ਹੈ ਵੀ ਉਹ ਸਹੀ ਹੋ ਸਕਦੀ ਹੈ ਸੋ ਸਾਰਿਆਂ ਨਾਲ ਪਹਿਲਾਂ ਤੁਸੀਂ ਕੁਐਸਚਨ ਨੂੰ ਦੁਬਾਰਾ ਪੜੋ ਜਿਹੜੇ ਭਾਸ਼ਾ ਵਿਗਿਆਨੀ ਨੇ ਉਹਨਾਂ ਦੇ ਦ੍ਰਿਸ਼ਟੀਕੋਣ ਅਨੁਸਾਰ ਭਾਸ਼ਾ ਦੇ ਇੱਕ ਅਧਿਆਪਕ ਨੂੰ ਬੱਚਿਆਂ ਦੀਆਂ ਗਲਤੀਆਂ ਵੇਖਣੀਆਂ ਚਾਹੀਦੀਆਂ ਹਨ ਸੋ ਦੋਸਤੋ ਬੱਚਿਆਂ ਦੀਆਂ ਗਲਤੀਆਂ ਆਪਾਂ ਨੂੰ ਕਿਉਂ ਵੇਖਣੀਆਂ ਚਾਹੀਦੀਆਂ ਪਹਿਲਾਂ ਤਾਂ ਤੁਸੀਂ ਇਹ ਵੇਖੋ ਸੋ ਜੇਕਰ ਤੁਸੀਂ ਵੇਖੋ ਵੀ ਕੀ ਤੁਹਾਨੂੰ ਲੱਗਦਾ ਜੇ ਬੱਚਾ ਗਲਤੀਆਂ ਕਰ ਰਿਹਾ ਤਾਂ ਇਹ ਕਿਉਂ ਰਿਕਵਰਡ ਬੱਚ ਜੋ ਆਪਾਂ ਨੂੰ ਐਜ਼ ਅ ਰਿਕਵਰਡ ਬੱਚ ਵਜੋਂ ਵੇਖਣਾ ਚਾਹੀਦਾ ਵੀ ਇਹ ਆਪਸ਼ਨ ਕਿਵੇਂ ਸਹੀ ਹੋ ਸਕਦਾ ਕਿਉਂਕਿ ਜੇ ਬੱਚਾ ਗਲਤੀਆਂ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਹੈ ਕਿ ਉਹ ਪੜ੍ਹ ਹੀ ਨਹੀਂ ਰਿਹਾ ਠੀਕ ਹੈ ਦੋਸਤੋ ਜੇ ਉਹ ਸਿੱਖਣ ਦੀ ਕੋਈ ਕੋਸ਼ਿਸ਼ ਕਰੇਗਾ ਤੇ ਉਹ ਗਲਤੀਆਂ ਤਾਂ ਕਰੇਗਾ ਹੀ ਨਾ ਸੋ ਆਪਸ਼ਨ ਨੰਬਰ 1 ਤਾਂ ਗਲਤ ਹੋ ਗਿਆ ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ 2 ਦੀ ਵੀ ਸਿੱਖਿਆ ਦਾ ਇੱਕ ਹਿੱਸਾ ਜੋ ਚਿੰਤਨ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਇਹਨੂੰ ਆਪਾਂ ਡਿਸਕਸ ਕਰਦੇ ਆ ਬਾਅਦ ਚੋਂ ਆਪਸ਼ਨ ਨੰਬਰ 3 ਦੀ ਗੱਲ ਕਰੀਏ ਗਲਤੀਆਂ ਦੇ ਦੌਰਾਨ ਨੂੰ ਰੋਕਣ ਲਈ ਗਲਤੀਆਂ ਦੀ ਵੀ ਉਹਨੂੰ ਵੀ ਬਹੁਤ ਛੇਤੀ ਹੀ ਉਹਨੂੰ ਸਹੀ ਕਰ ਦਿੱਤਾ ਜਾਵੇ ਕਿ ਇਹਦੇ ਲਈ ਜਾਂ ਫਿਰ ਸਿਖਲਾਈ ਵਿੱਚ ਉਹਨਾਂ ਦੀ ਬੇਧਿਆਨੀ ਜਿਸ ਉੱਪਰ ਫੋਰੀ ਧਿਆਨ ਦੇਣਾ ਚਾਹੀਦਾ ਹੈ ਜੇ ਦੋਸਤੋ ਆਪਾਂ ਆਪਾ ਆਪਸ਼ਨ ਨੰਬਰ 2 ਦੀ ਗੱਲ ਕਰੀਏ ਇਹ ਆਪਣਾ ਆਪਸ਼ਨ ਹੈ ਜੀ ਇਹ ਸਹੀ ਹੈ ਕਿਉਂ ਸਹੀ ਹੈ ਕਿਉਂਕਿ ਜੇ ਤੁਸੀਂ ਐਜ਼ ਅ ਟੀਚਰ ਜਾਂ ਫਿਰ ਭਾਸ਼ਾ ਵਿਗਿਆਨੀਆਂ ਦੇ ਦ੍ਰਿਸ਼ਟੀਕੋਣ ਅਨੁਸਾਰ ਵੀ ਜੇ ਕੋਈ ਅਧਿਆਪਕ ਹੈ ਉਹ ਬੱਚਿਆਂ ਦੀਆਂ ਗਲਤੀਆਂ ਨੂੰ ਕਿਉਂ ਵੇਖਣਾ ਚਾਹੀਦਾ ਉਹਨੂੰ ਕਿਉਂਕਿ ਉਹਨਾਂ ਨੂੰ ਕਰੈਕਟ ਕਰ ਸਕੇ ਕਰੈਕਟ ਕਿਉਂ ਕਰ ਸਕੇ ਕਿ ਉਹ ਵੀ ਉਹ ਵੇਖੇ ਨਾ ਕਿ ਰੀਜ਼ਨ ਕੀ ਹੈ ਬੱਚਿਆਂ ਦੀ ਇਹਨਾਂ ਗਲਤੀਆਂ ਕਰਨ ਦਾ ਵੀ ਚਿੰਤਨ ਕਰਨ ਦਾ ਰੀਜ਼ਨ ਕਿ ਹਾਂ ਵੀ ਉਹਨਾਂ ਨੂੰ ਫੇਰ ਹੀ ਪਤਾ ਲੱਗੇਗਾ ਨਾ ਕਿ ਹਾਂ ਵੀ ਅੱਛਾ ਵੀ ਆਪਣੇ ਕੋਲੋਂ ਵੀ ਇਹ ਗਲਤੀ ਹੋ ਰਹੀ ਆ ਟੀਚਰਸ ਕੋਲੋਂ ਜਾਂ ਫਿਰ ਵੀ ਆਪਣੇ ਪੜਾਉਣ ਦੇ ਵਿੱਚ ਇਹ ਕਮੀ ਰਹਿ ਗਈ ਸੋ ਸਿੱਖਿਆ ਦਾ ਇੱਕ ਹਿੱਸਾ ਜੋ ਚਿੰਤਨ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਵੀ ਰੀਜ਼ਨਿੰਗ ਦੀ ਦ੍ਰਿਸ਼ਟੀ ਪ੍ਰਦਾਨ ਕਰੇ ਸੋ ਇਹ ਇਹਨਾਂ ਨੂੰ ਵੇਖਣਾ ਚਾਹੀਦਾ ਆਪਸ਼ਨ ਨੰਬਰ 2 ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੋਏਗਾ ਸੋ ਚੱਲਦੇ ਆ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਗੈਨ ਸ਼ਰਮਣਤਾ ਵੀ ਇੰਟੈਂਸਿਵ ਲਿਸਨਿੰਗ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਵੀ ਇੰਟੈਂਸਿਵ ਲਿਸਨਿੰਗ ਸੂਚਕ ਹੈ ਸਾਵਧਾਨੀ ਦੀ ਸਬਰ ਦੀ ਅਨੁਸ਼ਾਸਨ ਦੀ ਜਾਂ ਫਿਰ ਅਸ਼ੰਹ ਸੀਲਤਾ ਦੀ ਸੋ ਦੋਸਤੋ ਦੱਸੋ ਕਿ ਕਿਹੜੀ ਆਪਸ਼ਨ ਹੈ ਉਹ ਤੁਹਾਡਾ ਵੀ ਸਹੀ ਹੋ ਸਕਦੀ ਹੈ ਸਾਵਧਾਨੀ ਦੀ ਹੋ ਸਕਦੀ ਹੈ ਜਾਂ ਫਿਰ ਇੰਟੈਂਸਿਵ ਲਿਸਨਿੰਗ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਇੰਟੈਂਸਿਵ ਲਿਸਨਿੰਗ ਦੋਸਤੋ ਹੁੰਦੀ ਕੀ ਹੈ ਇੱਕ ਤਾਂ ਹੁੰਦੀ ਹੈ ਇੰਟੈਂਸਿਵ ਲਿਸਨਿੰਗ ਇੱਕ ਹੁੰਦੀ ਹੈ ਐਕਸਟੈਂਸਿਵ ਲਿਸਨਿੰਗ ਵੀ ਐਕਸਟੈਂਸਿਵ ਲਿਸਨਿੰਗ ਦੇ ਵਿੱਚ ਵੀ ਤੁਸੀਂ ਬਹੁਤ ਹੀ ਕਹਿ ਸਕਦੇ ਆਂ ਵੀ ਲੌਂਗ ਹੁੰਦੀ ਆ ਉਹ ਬਟ ਇੰਟੈਂਸਿਵ ਲਿਸਨਿੰਗ ਕੀ ਹੁੰਦੀ ਹੈ ਜੇ ਬਰੀਫ ਹੁੰਦੀ ਹੈ ਸੋ ਦੋਸਤੋ ਜਿਹੜੀ ਇੰਟੈਂਸਿਵ ਲਿਸਨਿੰਗ ਹੁੰਦੀ ਹੈ ਨਾ ਵੀ ਉਹ ਸਾਵਧਾਨੀ ਦੀ ਉਹ ਸੂਚਕ ਹੈ ਵੀ ਜਦੋਂ ਵੀ ਆਪਾਂ ਕੋਈ ਗੱਲਬਾਤ ਸੁਣਦੇ ਆ ਵੀ ਉਹ ਛੋਟੀ ਬਰੀਫ ਹੁੰਦੀ ਹੈ ਜਾਂ ਫਿਰ ਕੋਈ ਵੀ ਗੱਲਬਾਤ ਸੁਣਾ ਰਿਹਾ ਹੁੰਦਾ ਜੋ ਇੰਟੈਂਸਿਵ ਲਿਸਨਿੰਗ ਆਪਾਂ ਕਰ ਰਹੇ ਹੁੰਦੇ ਆ ਨਾ ਵੀ ਸਾਵਧਾਨੀ ਨਾਲ ਆਪਾਂ ਉਹਨਾਂ ਦੀਆਂ ਗੱਲਾਂ ਨੂੰ ਸੁਣ ਰਹੇ ਹੁੰਨੇ ਆ ਸੋ ਦੋਸਤੋ ਆਪਸ਼ਨ ਨੰਬਰ ਜਿਹੜੀ ਫਸਟ ਹੈ ਉਹ ਤੁਹਾਡਾ ਸਹੀ ਜਵਾਬ ਹੈ ਸੋ ਇਹ ਆਪਸ਼ਨ ਇਜ਼ ਦਾ ਰਾਈਟ ਬਾਕੀ ਦੇ ਜਿਹੜੇ ਆਪਸ਼ਨ ਹੋ ਜਾਣਗੇ ਉਹ ਜਾਣਗੇ ਗਲਤ ਚੱਲਦੇ ਆ ਜੀ ਨੈਕਸਟ ਕੁਐਸਚਨ ਤੇ ਵੀ ਮੂਖ ਪੜਤ ਰਹੀ ਵੀ ਮਨ ਲੱਗਦਾ ਹੈ ਅੱਜ ਦਾ ਆਪਣਾ ਲਾਸਟ ਕੁਐਸਚਨ ਹੋਏਗਾ ਵੀ ਇੱਥੇ ਪੁੱਛਿਆ ਜਾ ਰਿਹਾ ਵੀ ਮੂਖ ਪੜਤ ਰਹੀ ਸਖਿਆਰਤियां ਹੇਠ ਲਿਖਿਆਂ ਵਿੱਚ ਗ੍ਰਹਿਣ ਕਰ ਸਕਦਾ ਹੈ ਵੀ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਵੀ ਮੂਖ ਪੜਤ ਰਹੀ ਵੀ ਜਿਹੜੇ ਸਖਿਆਰਥੀ ਨੇ ਜਿਹੜੇ ਵੀ ਸਟੂਡੈਂਟ ਨੇ ਵੀ ਇਹਨਾਂ ਦੇ ਵਿੱਚ ਦੱਸੋ ਵੀ ਸਭ ਨਾਲੋਂ ਘੱਟ ਕਿਹਨੂੰ ਅਕਵਾਇਰ ਕਰੇਗਾ ਸ਼ਬਦਾਵਲੀ ਨੂੰ ਵਿਆਕਰਣ ਨੂੰ ਬੋਲਣ ਕਲਾ ਨੂੰ ਜਾਂ ਫਿਰ ਪੜਨ ਕਲਾ ਨੂੰ ਸੋ ਦੋਸਤੋ ਮੂਖ ਪੜਤ ਨਾਲ ਮਤਲਬ ਸਮਝੋ ਪਹਿਲਾਂ ਵੀ ਮੂਖ ਪੜਤ ਹੁੰਦਾ ਕੀ ਆ ਸੋ ਦੋਸਤੋ ਜਦੋਂ ਵੀ ਤੁਸੀਂ ਵੇਖਿਆ ਹੋਊਗਾ ਵੀ ਜਦੋਂ ਵੀ ਆਪਾਂ ਕਿਸੇ ਸਟੂਡੈਂਟ ਨੂੰ ਚਾਰਟ ਦੀ ਵਰਤੋਂ ਕਰਕੇ ਪੜਾਉਂਦੇ ਹੁੰਦੇ ਆ ਨਾ ਜਦੋਂ ਵੀ ਆਪਾਂ ਚਾਰਟ ਦੇ ਕੋਈ ਡਾਇਗਰਾਮ ਵਗੈਰਾ ਬਣਾ ਕੇ ਲੈ ਕੇ ਜਾਂਦੇ ਆ ਸੋ ਜਦੋਂ ਵੀ ਆਪਾਂ ਉਹਦੇ ਰਾਹੀਂ ਬੱਚਾ ਨੂੰ ਪੜਾਉਂਦੇ ਸੋ ਦੇ ਨਾਲ ਹੁੰਦਾ ਕੀ ਆ ਵੀ ਆਪਾਂ ਨਾ ਜਿਹੜਾ ਵੀ ਬੋਲਣ ਦਾ ਕਹਿ ਸਕਦੇ ਆ ਵੀ ਉਹ ਬੋਲਦੇ ਆਪਾਂ ਉਹ ਤੋਂ ਘਟ ਹੁੰਨੇ ਆ ਕਿਉਂਕਿ ਫਿਰ ਬੱਚਾ ਵੇਖ ਕੇ ਹੀ ਸਾਰੀਆਂ ਗੱਲਾਂ ਨੂੰ ਮੈਕਸਿਮਮ ਨੂੰ ਉਹ ਸਮਝਦਾ ਹੁੰਦਾ ਫਿਰ ਆਪਾਂ ਉਥੇ ਬੋਲਣ ਦੇ ਜਿਹੜੀ ਵਰਤੋਂ ਆ ਵੀ ਉਹ ਘੱਟ ਕਰਦੇ ਹੁੰਨੇ ਆ ਸੋ ਇਹਦੇ ਕਰਕੇ ਬੋਲਣ ਕਲਾ ਦੀ ਜਿਹੜੀ ਇੱਥੇ ਵਰਤੋਂ ਆ ਵੀ ਉਹ ਕੀ ਕਰਦਾ ਹੈ ਜੀ ਉਹ ਘੱਟ ਗ੍ਰਹਿਣ ਕਰਦਾ ਹੈ ਉਹ ਬਾਕੀ ਵੇਖ ਕੇ ਹੀ ਸਮਝ ਜਾਂਦਾ ਹੁੰਦਾ ਸੋ ਆਪਸ਼ਨ ਨੰਬਰ 3 ਹੈ ਜੀ ਇਹ ਤੁਹਾਡਾ ਸਹੀ ਜਵਾਬ ਹੋਏਗਾ ਤੇ ਦੋਸਤੋ ਸੈਸ਼ਨ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਇਹ ਪੇਪਰ ਹੈ ਜੀ ਇਹ ਜੁਲਾਈ ਸੌਰੀ ਦਸੰਬਰ 2019 ਦੇ ਵਿੱਚ ਇਹ ਜਿਹੜਾ ਪੇਪਰ ਹੈਗਾ ਜੀ ਇਹ ਹੋਇਆ ਸੀ ਤੇ ਤੁਸੀਂ ਵੇਖ ਸਕਦੇ ਹੋ ਦੋਸਤੋ ਵੀ ਇਹੋ ਜਿਹੇ ਕੁਝ ਕੁਐਸਚਨ ਨੇ ਵੀ ਉਹ ਆਉਂਦੇ ਨੇ ਪੇਪਰ ਦੇ ਵਿੱਚ ਤੇ ਆਪਾਂ ਜਦੋਂ ਵੀ ਤਾਂ ਜਦੋਂ ਤੱਕ ਤੁਹਾਡਾ ਐਗਜ਼ਾਮ ਨਹੀਂ ਹੁੰਦਾ ਵੀ ਆਪਾਂ ਰੋਜ਼ ਹੀ ਹੁਣ ਤੋਂ ਪ੍ਰੀਵੀਅਸ ইয়ার ਨੂੰ ਹੀ ਡਿਸਕਸ ਕਰਿਆ ਕਰਾਂਗੇ ਤੇ ਦੋਸਤੋ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਤੋਂ ਦੱਸਿਓ ਵੀ ਉੱਥੇ ਤੁਹਾਡੇ ਕਿੰਨੇ ਨੰਬਰ ਬਣੇ ਨੇ ਤੇ ਤੁਹਾਨੂੰ ਸ਼ਾਸਨ ਕਿਉਂ ਜਾ ਲੱਗਿਆ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰ ਲਈ ਬੈਲ ਆਈਕਨ ਵੀ ਪ੍ਰੈਸ ਕਰ ਸਕਦੇ ਹੋ ਤੇ ਦੋਸਤੋ ਅੱਜ ਦੇ ਲਈ ਇੰਨਾ ਹੀ ਕੱਲ ਤੋਂ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਸੋ ਤੁਸੀਂ ਤਿਆਰ ਰਹੋ ਰਾਤ ਦੇ 9 ਵਜੇ ਸੋ ਦੋਸਤੋ ਅੱਜ ਲਈ ਅੱਜ ਦੇ ਲਈ ਇੰਨਾ ਹੀ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬਲੈਸ ਯੂ ਆਲ